गुरचरण सिंह प्रधान जितेंद्र सिंह जी डूंगर बेअंत सिंह हरकबीर सिंह सरपंच लखन सिंह जी चक फतेह सिंह वाला और सरपंच गुरबख्श सिंह जी मान हरजोगिंदर नगर मेजर सिंह जी रूप सिंह मान मखण पंच जगराज सिंह राजू कुलदीप सिंह बब्बी इकबाल सिंह सिद्धू भाईका और सुखराज सिंह पंच अते समूह टूरनामेंट कमेटी हाँ जी खिडारियों के नाल जान पछाण करन तो बाद एक यादगिरी स्नैप होगी साडियां मानयोग शख्सियतां खिडारियों नाल जान पछाण करन तो बाद एक यादगिरी स्नैप होगी नाल ही सीमा कणा दी टीम जेकर पुजदी है तां साडे नाल संपर्क करे सीमा कणा पिंड माई वीरो भाई भगतू क्लब चक राम सिंह वाला वाहिगुरू वाहिगुरू जी अरदास एक ओंकार श्री वाहिगुरू जी की फतेह श्री भगौती सुहाए वार श्री भगौती जी की पातशाही दसवीं प्रथम भगौती सिमरकै गुरु नानक लई धियाए फिर अंगत गुरते अमरदास रामदासा हुई सुहाए अर्जन हर गोबिंद नूं सिमरो श्री हर राय श्री हर कृष्ण धियाई है जिस डिठै सब दुख जाए तेग बहादुर सिमरी है घर नौ निधि आवै ताए सब थई होना जी सहाय दसवें पिता साहेब श्री गुरु गोबिंद सिंह महाराज जी अमृत दाते सरबंस दानी सब थाई होना जी सहाय दसा ही पातशाहियां दी जाग दी जोत हाजरा हजूर गुरु ताकत चावर छतर जी दे मालक धन 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 साहेब श्री गुरु ग्रंथ साहिब जी दे दर्शन उपदेश दा ध्यान धरके बोलो जी वाहिगुरू वाहिगुरू आप जी दे पंज प्यारे चार साहिबजादे चाली मुक्ते हटियां जपियां तपियां जिन्हां नाम जपिया वंड छकिया देग चलाई तेग वाही देख सुन के अंडठ कीता तिन्हां प्यारिआं सचियारिआं दी पवित्र कमाई दा ध्यान धरके बोलो जी वाहिगुरू वाहिगुरू जिन्हां सिंघां सिंघनियां ने धर्म हेत सीस दित्ते बंद बंद कटवाए खोपरियां लुहाईआं चरखड़ियां ते चड़े तन आरिआं ने चराए उबलदियां दुहियां देगां विच उबाले खादे जिन्हां बीबियां ने अपने बच्चियां नूं टोटे टोटे करवा के गलां च हार पवाए धर्म नहीं हारिया सिखी केसां सवासां संगनवाई तिन्हां वर्तमान ते पुरातन शहीदां सिंघनियां भचंगियां दी पवित्र कमाई दा धन धरके बोलो जी वाहिगुरू वाहिगुरू पंजां तख्तां सरबत गुरद्वारां गुरधामां दा ध्यान धरके बोलो जी वाहिगुरू वाहिगुरू प्रथमें सरबत खालसा जी की अरदास है जी सरबत खालसा जी को वाहिगुरू 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 चित आवन का सदका सर्व सुख होवै जहां जहां खालसा जी साहिब ਤਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਵਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰਾ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਪ ਦੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਾਦੇ ਰਾਖੀ ਆਪ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸੁਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਗੁਰੂ ਨਿਓਟਿਆਂ ਦੀ ਓਟ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ
ਹਾਜ਼ਰਾ ਹਜ਼ੂਰ ਗੁਰੂ ਕਾਲ ਪੁਰਖ ਨਿਰੰਕਾਰ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਸੱਚਾ ਪਾਤਸ਼ਾਹ ਜੀਓ ਆਪ ਦੀ ਅਪਾਰ ਕਿਰਪਾ ਸਦਕਾ ਰਹਿਮ ਸਦਕਾ ਪਿੰਡ ਚੱਕਪਤ ਸਿੰਘ ਵਾਲ ਦੀ ਨਗਰ ਸੰਗਤ ਵੱਲੋਂ ਸੱਚਾ ਪਾਤਸ਼ਾਹ ਜੀਓ ਸ਼ਹੀਦ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਸੱਚਾ ਪਾਤਸ਼ਾਹੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਜਿਸ ਦੇ ਅੱਜ ਤੀਸਰੇ ਦਿਨ ਦੇ ਟੂਰਨਾਮੈਂਟ ਸ਼ੁਰੂ ਹੋ ਰਿਹਾ ਹੈ ਸੱਚੇ ਪਾਤਸ਼ਾਹ ਜੀਓ ਸਾਰੀ ਕਮੇਟੀ ਨੂੰ ਚੜ੍ਹਦੀ ਕਲਾ ਬਖਸ਼ ਕਰਨੀ ਨਗਰ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਜੋ ਵੀ ਖਿਡਾਰੀ ਵੀਰ ਇੱਥੇ ਪਹੁੰਚਿਆ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ ਸੱਚਾ ਪਾਤਸ਼ਾਹ ਜੀਓ ਆਸ਼ੀਰਵਾਦ ਬਖਸ਼ੋ ਅੱਗੇ ਤੋਂ ਇਹੋ ਜਿਹੇ ਸੁੱਧ ਸਪਾਟ ਟੂਰਨਾਮੈਂਟ ਹੁੰਦੇ ਰਹਿਣ ਖਿਡਾਰੀ ਨਸ਼ੇ ਤੋਂ ਰਹਿਤ ਹੋਣ ਕਿਰਪਾ ਕਰੋ ਸਰਬਾਦੇ ਮਨੋਂ ਦੀਆਂ ਮਨਾਂ ਦੀਆਂ ਭਾਵਨਾ ਸੰਪੂਰਨ ਕਰੋ ਸੱਚੇ ਪਾਤਸ਼ਾਹ ਜੀ ਇੱਕ ਕਮੇਟੀ ਮੈਂਬਰਾਂ ਵੱਲੋਂ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੀ ਉਹਨਾਂ ਵੱਲੋਂ ਬੇਨਤੀ ਸੱਚਾ ਪਾਤਸ਼ਾਹ ਜੀ ਜੋ ਵੀ ਕਮੇਟੀ ਮੈਂਬਰ ਜੋ ਵੀ ਨਗਰ ਵੱਲੋਂ ਫੰਡ ਹੋਇਆ ਹੈ ਉਹਨਾਂ ਵਿੱਚੋਂ ਕੋਈ ਵੀ ਦੁਰਵਰਤੋਂ ਨਹੀਂ ਕਰੇਗਾ ਜੋ ਕਰੇਗਾ ਉਸਦਾ ਭਾਗੀ ਹੋਵੇਗਾ ਉਹ ਦੰਡ ਦੇ ਯੋਗ ਹੋਵੇਗਾ ਸੋ ਸੱਚੇ ਪਾਤਸ਼ਾਹ ਪ੍ਰਾਰਥਨਾ ਪੂਰ ਕਰਨੀ ਆ ਨਗਰ ਖੇਡੋਂ ਚੜ੍ਹਦੀ ਕਲਾ ਬਖਸ਼ਣੀ ਖਿਡਾਰੀਆਂ ਨੂੰ ਚੜ੍ਹਦੀ ਕਲਾ ਬਖਸ਼ਣੀ ਦੇਹ ਰੋਗਤਾ ਬਖਸ਼ਣੀ ਪਿੰਡ 'ਚ ਥਵਾਕ ਬਖਸ਼ਣਾ ਇਸ ਕਮੇਟੀ ਨੂੰ ਥਵਾਕ ਬਖਸ਼ਣਾ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਵਾਹਿਗੁਰੂ ਇਹੋ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਰਦਾਸ ਕੀਤੀ ਹੈ ਕਿ ਅਰਦਾਸ ਕਰਕੇ ਜਦ ਵੀ ਇਹ ਕਾਰਜ ਸ਼ੁਰੂ ਕਰਦੇ ਫਿਰ ਜੀਤ ਹੀ ਜੀਤ ਪੰਜਾਬੀਆਂ ਦੀ ਓਏ ਗਏ ਦੀ ਸੇਵਾ ਚ ਨਾ ਕਸਰ ਛੱਡਦੇ ਪੁਰਾਣੀ ਇਹ ਵੀ ਹੈ ਰੀਤ ਪੰਜਾਬੀਆਂ ਦੀ ਜਬਰ ਜ਼ੁਲਮ ਨੂੰ ਜੜ ਤੋਂ ਕੱਟ ਸੁੱਟਦੀ ਉੱਠੇ ਜਦ ਵੀ ਸ਼ਮਸ਼ੀਰ ਪੰਜਾਬੀਆਂ ਦੀ ਹੱਸ ਹੱਸ ਕੇ ਸ਼ਹੀਦੀਆਂ ਪਾਉਣ ਵਿੱਚ ਵੀ ਕਤਾਰ ਪਹਿਲੀ ਹੈ ਵੀਰ ਪੰਜਾਬੀਆਂ ਦੀ ਹੱਸ ਹੱਸ ਕੇ ਸ਼ਹੀਦੀਆਂ ਪਾਉਣ ਵਿੱਚ ਵੀ ਕਤਾਰ ਪਹਿਲੀ ਹੈ ਵੀਰ ਪੰਜਾਬੀਆਂ ਦੀ ਹਾਂਜੀ ਜਗਜੀਤ ਸਿੰਘ ਜੀ ਸਿੱਧੂ ਭਾਈ ਕਾ ਜੋ ਅੱਜ ਦੇ ਟੂਰਨਾਮੈਂਟ ਦਾ ਉਦਘਾਟਨ ਕਰਨਗੇ ਰਿਬਨ ਦੀ ਰਸਮ ਅਦਾ ਕਰਨਗੇ ਜੀ ਹੈਲੋ ਸੇਮਾ ਗਲਾਂ ਦੀ ਟੀਮ ਜੇਕਰ ਪੁੱਜੇ ਤਾਂ ਸਾਡੇ ਨਾਲ ਸੰਪਰਕ ਕਰੇ ਪਿੰਡ ਸੇਮਾ ਗਲਾਂ ਸੇਮਾ ਗਲਾਂ ਪਿੰਡ ਦੀ ਟੀਮ ਜਿੱਥੇ ਵੀ ਆਵਾਜ਼ ਨੂੰ ਸੁਣਦੀ ਹੈ ਸਾਡੇ ਨਾਲ ਸੰਪਰਕ ਕਰੇ ਸੇਮਾ ਗਲਾਂ ਪਿੰਡ ਸੇਮਾ ਗਲਾਂ ਉਦਘਾਟਨ ਸਮਾਰੋਹ ਦਾ ਰਸਮ ਅਦਾ ਕਰਨ ਤੋਂ ਬਾਅਦ ਯਾਦਗਿਰੀ ਸਨੈਪ ਹੋਵੇਗੀ ਇੱਕ ਕਿਨਾ ਵਕਤ ਰੋਕਿਆ ਰੁਕਦਾ ਏ ਨਾ ਜ਼ੋਰ ਚਲੇ ਤਕਦੀਰਾਂ ਤੇ ਨਾ ਵਕਤ ਰੋਕਿਆ ਰੁਕਦਾ ਏ ਨਾ ਜ਼ੋਰ ਚਲੇ ਤਕਦੀਰਾਂ ਤੇ ਭੁੱਲੀਆਂ ਜਾਦਾਂ ਚੇਤੇ ਆਉਣਗੀਆਂ ਜਦ ਨਜ਼ਰ ਪਊ ਤਸਵੀਰਾਂ ਤੇ ਭੁੱਲੀਆਂ ਜਾਦਾਂ ਚੇਤੇ ਆਉਣਗੀਆਂ ਜਦ ਨਜ਼ਰ ਪਊ ਤਸਵੀਰਾਂ ਤੇ ਹਾਂਜੀ ਕਰਾਓ ਜੀ ਮਾਸਟਰ
हाँ जी हाँ जी सारा जिंदगी का जी मित्र उस्ताद कांति ताजो कैमला पुजिया असि बहुत बहुत धन्यवाद करते हैं कांति ताजो कैमला। लो मैच की जी शुरुआत हो चुकी है जी। पहली कबड्डी लहरे मोहब्बत पिंड वाला नौजवान पाता हुआ वधिया कबड्डी पिंड चक फतेह सिंह वाला ए टीम जिहड़ी खेतां वाली साइड पुज गई लहरा मोहब्बत पिंड की टीम गेट वाली साइड पुज गई है। चल भी जवाना पा फिर कबड्डी लवा समय मेरे चक्का वाले लंबी दी पै गई कबड्डी। हाँ जी भाई हाँ जी हुशियार सिंह जी प्रधान वालों 10 रुपए रेट दे लग चुके हैं। हाँ जी हुशियार सिंह जी प्रधान बड़ा मान करते हैं लंबी रेट से 10 रुपए का अस उन्हों का बहुत बहुत धन्यवाद करते हैं। चल भी जवाना पा फिर लहरे वाला कबड्डी 60 किलो भार वर्ग के जी कौडी टर्न बाई टर्न होगी 10 रुपए रेट से फिर हुशियार सिंह प्रधान वालों लग चुके हैं। हाँ जी धन्यवाद करते हैं दानी सज्जन का जो सुबह तो लैके सारे खिडारियों की हौसला बजाई करे सारे ही दानी सज्जन का अं धन्यवाद करते हैं। लवा समय चक्का वाला गोल्डी फिर यफा लाने की कोशिश करता होया और लक नूं भरिया होया कलाब है मेरी वीरू हंदियां ते आके मुकाबला सख्त होता हुआ पॉइंट जिहड़ा चक फतेह सिंह वाला ए टीम दे रही है। चल भी जवाना पा फिर कबड्डी लवा समय चक्का वाले जसप्रीत सिंह मंटू की पै गई कबड्डी चार याफी लहरे वाले करते ने सामना के खेडनी होवे कबड्डी तो डेरी नहीं है पाई दा पौ माग दे विच छड़ना पैंदा निगर जाईदा जेठ हाड़ दे विच सहनी पैंदी धुप दी ता मार मित्रों बन सौखा नहीं कबड्डी का स्टार मित्रों पॉइंट जिहड़ा चक फतेह सिंह वाली ए टीम दे है। चल भी जवाना पा फिर कबड्डी नाली सारी टीमां 60 किलो पार वर्ग दी नोट रखण 60 किलो पार वर्ग दे विच रेट जिहड़ी टर्न बाई टर्न होवेगी। हां जी भाई हां जी प्रधान जी वल्लों फिर रेट दे 10 रुपए लागे लवा समय सिख सरदार गबरू अमरीक जफा लाउण दी कोशिश करदा होया लहरे वाले नूं इस समय बट्टी हुई छूट है मेरे वीरू गुट नूं फड़ के ला दित्ती है कैंची और पॉइंट जिहड़ा चक फतेह सिंह वाला ए टीम दे हिस्से है। चल भी जवाना पा फिर कबड्डी लवा समय कमलदीप सिंह काली की कबड्डी पैंदी है चार जाफी लहरे वाले करदे ने सामना रखण ते डकण दीआं गल्लां ने मेरे नूं देखने किस नौजवान ना हुंदी है हाथ जोड़ी सब समय दीआं बातां होणियां ने भाई पेंद्र जी जो रैफरी दीआं सेवावां दे रहे ने असीं इहनां दा बहुत बहुत धन्नवाद करदे आं। लवा समय पॉइंट जिहड़ा लहरे मोहब्बत पिंड दी टीम दे हिस्से है हल्की सट लगी नौजवान दे चल भी जवाना पा फिर कबड्डी सेमा कलां दी टीम जेकर पुज्जी है तां सेमा कलां सेमा कणा पिंड की टीम हाथा कड़े करे सेमा कणा नाली माई भीरो भाई भगतू क्लब चक राम सिंह वाला हैलो बरसे जीवन क्लब चक जगजीत सिंह जी वालों अमरीक नूं स्पैशल 100 रुपया नाम भेजा जांदा है। हाँ जी चल भी जवाना पा फिर कबड्डी लवा समय लभी दी फिर पैंदी हुई बदके कबड्डी है तीन हजार लहरे वाले करदे ने सामना। हाँ जी भाई हाँ जी रेट ते गुरबचन सिंह वालों 10 रुपए लग चुके है मैंबर सिंह जी मखण वालों भी 10 रुपए रेट से लग चुके हैं सिंधा सिंह जी ब्लाक समिति मैंबर वालों रेट से लग चुके 10 रुपए। हाँ जी लो हैलो हाँ जी हुशियार सिंह जी वालों 10 रुपए रेट से लग चुके हैं लखा सरपंच वालों भी 10 रुपए रेट से लग चुके हैं। हैलो इस तो अगला मैच माई वीरो भाई भगतू क्लब चक राम सिंह वाला बरस जीवन सिंह क्लब चक वाले सिंह का होगा। हाँ जी सेमा कला की टीम जेकर पुजी है तो साढ़े नाल संपर्क करे सेमा कला का मैच लास्ट कर दिता गया। ठीक है हैलो हुशियार सिंह जी प्रधान वालों 10 रुपए रेट से लग चुके हैं लवा समय माई वीरो भाई भगतू क्लब चक बरस बाबा जीवन क्लब चक फतेह सिंह वाला माई वीरो भाई भगतू क्लब चक राम सिंह वाला लहरे वाले नौजवान की फिर पैंती हुई बदके कबड्डी
सिख सरदार कपूर की लगी हुई चैन इस समय चक्का वाला नौजवान फिर जफा लाता होया माई भीरो भाई भगतू क्लब चक राम सिंह वाला वर्ष जीवन क्लब चक पोचो खुरद वर्ष कोट फता इस समय चक्का वाले ने ला तकड़ा जफा और पॉइंट जेड़ा अपनी टीम के हिस्से जोड़ता होया चल भी कमलदीप सिंह पा फिर कबड्डी हैलो लखा सिंह सरपंच वालों 10 रुपए रेट से लग चुके हैं हाँ जी ਦਵਾ ਸਭੇ ਲਖਾ ਸਿੰਘ ਜੀ ਸਰਪੰਚ ਚੱਕ ਫਤਿਹ ਸਿੰਘ ਵਾਲਾ ਵੱਲੋਂ 10 ਰੁਪਏ ਦਾ ਵੱਡਾ ਮਾਣ ਹੋਵੇਗਾ ਸ੍ਰੀ ਤੇ ਪ੍ਰਧਾਨ ਜੀ ਵੱਲੋਂ 10 ਰੁਪਏ ਰੇਟ ਤੇ ਸ਼ਾਹ ਸਿੰਘ ਜੀ ਵੱਲੋਂ ਲੱਗ ਚੁੱਕੇ ਆ ਹਾਂਜੀ ਦਵਾ ਸਭੇ ਪੁਆਇੰਟ ਜਿਹੜਾ ਚੱਕ ਫਤਿਹ ਸਿੰਘ ਵਾਲਾ ਏ ਟੀਮ ਦੇ ਹਿੱਸੇ ਹੈ ਚੱਲ ਵੀ ਜਵਾਨਾ ਲਹਿਰੇ ਵਾਲੇ ਪਾ ਫਿਰ ਕਬੱਡੀ 100 ਰੁਪਿਆ ਜਗਜੀਤ ਸਿੰਘ ਜੀ ਵੱਲੋਂ ਕਮਲਜੀਤ ਨੂੰ ਸਪੈਸ਼ਲ ਨਾਮ ਦਿੱਤਾ ਜਾਂਦਾ ਹੈ ਦਵਾ ਸਭੇ ਲਹਿਰੇ ਵਾਲੇ ਦੀ ਫਿਰ ਪੈਂਦੀ ਹੋਈ ਵੱਧ ਕੇ ਕਬੱਡੀ ਚਾਰ ਜਾਂ ਫਿਰ ਚੱਕਾਂ ਵਾਲੇ ਕਰਦੇ ਹੋਏ ਸਾਹਮਣਾ ਹੈਲੋ ਕਮੈਂਟੇਟਰ ਸਾਹਿਬ ਬੇਨਤੀ ਹੈ ਕਿ ਰੇਡਾਂ ਦੇ ਪੈਸੇ ਲੱਗ ਰਹੇ ਕਿਰਪਾ ਕਰਕੇ ਥੋੜੀ ਜਿਹੀ ਟਾਈਮ ਦਿਆ ਕਰੋ ਠੀਕ ਹੈ माई भीरो भाई भगतू क्लब चक राम सिंह वाला वर्ष जीवन क्लब चक दोनों टीम भी बेटिंग रूम जी हशियार सिंह जी प्रधान वालों स्पैशल 10 रुपए रेट से लग चुके हैं जिहड़ा मैच खेडा जा रहा है प्रबंधक वीरां दी बनके बेनती है कि जेकर प्रबंधक वीरां नूं पता लग गया कि यह मैच रल के खेड रही दोनों टीम तो दोनों टीम जिहड़ियां पहलवान स्क्रैच कीतियां जाणगियां मुकाबला होता हुआ सख्त और पॉइंट जिहड़ा जाफे दी टीम दे चा 30 सेकंड दा समां जिहड़ा बीता हुआ हैलो हशियार सिंह जी प्रधान वालों स्पैशल जाफी नूं 10 रुपए नाम दित्ता जांदा चल भी जवाना पा फिर कबड्डी चार जाफी चक्कां वाले करदे ने सामना इस समय काला है मेरे वीरू जफा लाने की कोशिश करता होया और पॉइंट जिहड़ा लहरे पिंड की टीम दे हिस्से है हैलो चल भी लभी फिर पा फिर कबड्डी हाँ जी भाई लखा सिंह जी सरपंच वालों 10 रुपए रेट से लग चुके हैं लवा समय जी प्रधान वालों भी 10 रुपए रेट से लग चुके हैं चक्का वाले लभी की पैंदी हुई कबड्डी है हड़का कर टच मेरे वीरू पॉइंट जिहड़ा ताबी की टीम दिशा है रीडर की टीम दिशा है हाफ टाइम होगा जी मैच का सेमा करा दी टीम साढ़े 12 पॉइंट जेड़े चक फतेह सिंह वाला ए टीम दे चार पॉइंट जेड़े लहर मोहब्बत दी टीम दे कली वाले वीर बेनती है कि वह लाइन ते कली पावे सेमा कला पिंड की टीम जेकर पुजी है तो साढ़े संपर्क करे सेमा कला माई भीरो भाई भगतू क्लब चक राम सिंह वाला जीवन क्लब चक फतेह सिंह वाले की टीम भी पुजे पलवान नाली इकबाल सिंह सिद्धू भाई का कुलवंत कांति ताजोके और अशरफ दयालपुरा सोने की मुद्री के सम्मानित किया जाएगा बड़े माण हो गए चल भी कमल फिर पा फिर कबड्डी हैलो हाँ जी बलजिंदर सिंह जी बीपीओ साहब दोनों टीमों 10 रुपये नाम भेज दिया धन्यवाद करते हैं 10 रुपये रेट से हशियार सिंह जी प्रधान वालों फिर लग चुके हैं लखा सिंह जी सरपंच साहब वालों 10 रुपये रेट से लग चुके हैं हाँ जी लवासा भाई 10 रुपये की पैंती हुई बड़ी कबड्डी है मेरे वीरू चार जाफी चक्कां वाले करदे ने सामना इस समय गोल्ड ही है मेरे वीरू चक्कां वाला लाउंदा होया जफा और लहरे वाले ने बट्टी हुई छूट है इस समय लाउंदा होया जफा भरिया हुई बगना और पॉइंट जिहड़ा चक फतेह सिंह वाला ए टीम दे हिस्से है चल भी जवाना पा फिर कबड्डी 10 रुपये लखा सिंह सरपंच वालों रेट से लग चुके हैं 10 रुपये
जगसीर सिंह जिला परिषद मैंबर वालों रेड से लग चुके हैं। लो समय चक्का वाले जसप्रीत सिंह मांटू की पैंती हुई बद के कबड्डी है मेरे वीरो चार हाफी लहरे वाले करते ने सामना के सिवल मिंदर फिडू घोड़ा काका लंबी पारी का नाल सरबी खेडे काका कारी सारी का लखा की गल करदा गा जी पुरदा लखा जी खाली हथ गुलाल कदे ना पिछे मुड़दा जी ओ बाजे खाने जमया सी हरजीत बराड़ा दे खेडन योरा नाल कबड्डी पुत सरदारा दे खेडन योरा नाल कबड्डी पुत सरदारा दे चल भी लहरे वाले पा फिर कबड्डी 60 किलो भार वर्ग दी सारिया टीमां नोट रखनिया 60 किलो भार वर्ग दे विच रेड जिहड़ी टर्न बाय टर्न होवेगी। हां जी लखा सिंह जी सरपंच वल्लों 10 रुपए रेड ते लग चुके आ। हैलो 75 किलो वर्ग ने जो भी टीमां साडे विचकार पहुंचियां ने एंट्री करा देण कबड्डी 75 किलो वर्ग जिन्या भी टीम साडे विचकार पुज्जियां ने कृपा करके अपनी एंट्री करवा लैन कबड्डी 75 किलो पार वर्ग लवा समय फिर लभी दी पैंदी हुई बदके कबड्डी है और पॉइंट जिहड़ा चक फतेह सिंह वाला ए टीम दी हिस्से है चल वी जवाना आ फिर लहरे वाला कबड्डी 75 किलो भार वर्ग दियां जिन्नियां भी टीमां साडे विचकार पुज्जियां ने ओह अपनी एंट्री करवा लैन कबड्डी 75 किलो भार वर्ग लवा समय चार ही आफी है चक्कां वाले करदे ने सोना। हां जी भाई हरमेल सिंह जी सोना वल्लों भी 10 रुपए रेट ते लग चुके आ। लवा समय चक्कां वाला नौजवान फिर दफा लाउंदा होया और पॉइंट जिहड़ा तावी दी टीम दी सी लहरा पिंड दी टीम दी सी है चल भी जवाना पा फिर कबड्डी कमलदीप दी फिर पैंदी हुई वादक कबड्डी है बट वो छूट है मेरे वीरो हल्की सट लगी मोढे ते नौजवान दी और पॉइंट जिहड़ा चक फतेह सिंह वाला ए टीम दी सी है चल भी जवाना पा फिर कबड्डी 75 किलो भार वर्ग दियां जिन्नियां भी टीमां साडे विचकार पुज्जियां ने अपनी एंट्री करवा लैन। हां जी जगजीत सिंह जी वल्लों स्पैशल 10 रुपए रेट ते लग चुल्ले प्रधान साहब वल्लों लो समय चक्का वाला फोटो लाउंदा है जफा और पॉइंट जिहड़ा चक्का दी टीम दी सी ਪੁੱਟੋ ਨੂੰ ਸਪੈਸ਼ਲ 10 ਰੁਪਏ ਨਾਮ ਪ੍ਰਧਾਨ ਜੀ ਵੱਲੋਂ ਦਿੱਤੇ ਕਹਿੰਦੇ ਚਲ ਵੀ ਜਵਾਨਾ ਪਾ ਫਿਰ ਕਬੜੀ ਗੁਰਬਖਸ਼ ਸਿੰਘ ਜੀ ਮਾਨ ਵੱਲੋਂ ਸਪੈਸ਼ਲ 20 ਰੁਪਏ ਨਾਮ ਪੁੱਟੋ ਨੂੰ ਹਾਂਜੀ ਲਵਾ ਸਮੇ ਜੀ ਹੈਲੋ ਜਗਜੀਤ ਸਿੰਘ ਵੱਲੋਂ ਸਪੈਸ਼ਲ 100 ਰੁਪਏ ਨਾਮ ਪੁੱਟੋ ਨੂੰ ਚਲ ਵੀ ਜਵਾਨਾ ਕੁਲਦੀਪ ਸਿੰਘ ਜੀ ਬੱਬੀ ਵੱਲੋਂ 10 ਰੁਪਏ ਸਪੈਸ਼ਲ ਨਾਮ ਪੁੱਟੋ ਨੂੰ ਸੁਖਰਾਜ ਸਿੰਘ ਜੀ ਵੱਲੋਂ ਸਪੈਸ਼ਲ 10 ਰੁਪਏ ਨਾਮ ਪੁੱਟੋ ਨੂੰ चल भी जवाना स्पैशल नाम पुट्टो नूं सीरा सिंह जी खेत वाले वालों स्पैशल नाम लवा समय पुट्टो नौजवान काका सिंह जी हैलो काका सिंह जी गैस नासी वाले वालों स्पैशल नाम पुट्टो नूं 10 रुपए बेअंत सिंह वालों स्पैशल नाम 10 रुपए पुट्टो नूं। हाँ जी पुच्चो खोल वासी कोट फत्ता ਲਵਾ ਸਮੇ ਚੱਕਾ ਵਾਲੇ ਲੱਭੀ ਦੀ ਫਿਰ ਮੈਂ ਠੇਕੇਦਾਰ ਵੱਲੋਂ ਸਪੈਸ਼ਲ 20 ਰੁਪਏ ਨਾ ਪੁੱਟੋ ਨੂੰ ਹੈਲੋ ਹਾਂਜੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸਹਿਬਾਨ ਰਾਮਪਾਲ ਜੀ ਮਿੱਤਲ ਸਾਡੀ ਸਟੇਜ ਤੇ ਪਹੁੰਚੇ ਆ ਅਸੀਂ ਟੂਰਨਾਮੈਂਟ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਸਾਨੂੰ ਇਹਨਾਂ ਨੇ 1500 ਰੁਪਏ ਮੈਕਸਾ ਦਾ ਭੇਜਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਮਿੱਤਲ ਜੀ ਦਾ ਚੜ ਵੀ ਜਵਾਨਾ ਪਾ ਫਿਰ ਕਬੱਡੀ ਲਵਾ ਸਮੇ ਚੱਕਾ ਵਾਲੇ ਗੋਲਡੀ ਦੀ ਪੈਂਦੀ ਹੋਈ ਬਦ ਕੇ ਕਬੱਡੀ ਆ ਮੇਰੇ ਵੀਰੋ ਸਿੰਧਾ ਸਿੰਘ ਜੀ ਬਲਾਕ ਸਾਹਿਬ ਤੇ ਮਰੋ 10 ਰੁਪਏ ਰੇਟ ਤੇ ਲੱਗ ਗਏ ਜਗਜੀਤ ਸਿੰਘ ਜੀ ਢਿੱਲੋਂ ਵੱਲੋਂ ਸਪੈਸ਼ਲ 10 ਰੁਪਏ ਰੇਟ ਤੇ ਮਾਈ ਵੀਰੋ ਭਾਈ ਭਗਤ ਕਲੱਬ ਚੱਕ ਵਰਸੇ ਜੀਵਨ ਕਲੱਬ ਚੱਕ ਫਤਿਹ ਸਿੰਘ ਵਾਲਾ ਲਵਾ ਸਮੇ ਫਿਰ ਲਹਿਰੇ ਵਾਲਾ ਪਾਉਂਦਾ ਹੋਇਆ ਕਬੱਡੀ ਹੈ ਮੇਰੇ ਵੀਰੋ ਆ ਸਮੇ ਸਿਕਸਰ ਦਾਰ ਗੱਭਰੂ
कि भारा जा शरीर गभरू सिख सरदार है हिम्मतपुरे का दीप भी कौडी का स्टार है भारा जा शरीर गभरू सिख सरदार है चक्का वाला अमरीका भी कौडी का स्टार है। मैच की जी समाप्ति होगी जी नोट करो चक फतह सिंह वाला ए टीम जीतेगी। गुरचरण सिंह जी प्रधान वालों अमरीक नूं स्पैशल 10 रुपये इनाम दिता जाता है चक फतह सिंह वाला ए टीम इस मुकाबले की जेतू टीम चक फतह सिंह वाला ए टीम 22 पॉइंट साढ़े 22 पॉइंट जेडे चक फतह सिंह वाला ए टीम देने 8 पॉइंट जेडे लहरा महाबत पिंड की टीम देने। हेलो लंगर कमेटी इन्हों बेनती है भी गुरु का लंगर टुट वरत रहा है खिडारी वीरां नूं माई वीरो भाई भगत क्लब चक राम सिंह वाला वर्सेस जीवन क्लब चक आओ जी दर्शक वीर जाके छक सकते हैं लंगर कमेटी इन्हों बेनती है भी हाँ जी गुरु का लंगर टुट वरत रहा है भाई जी दर्शक ते खिडारी वीर छक सकदे गुरसेवक भाई सीमा कलां दी टीम। हेलो हेलो टीमां जो खेड के गईआं आपदा बणदा नाम स्टेज तों लै जाण दोनों टीमां जो पहला खेड के गईआं 7 किलो दे बजन वालीआं जसा स्टूडियो ग्राउंड च पहुंचे हाँ जी सीमा कलां और पुच्चो दी टीम दा विक्की शर्मा जी ਮੇਂ ਵੀਰੇ ਸੇਮਾ ਕਲਾ ਔਰ ਪੁੱਛੋ ਕਲਾ ਦਾ ਲਾਸਟ ਆ ਵੀਰੇ ਲਾਸਟ ਪੁੱਛੋ ਕਲਾ ਦੇ ਖਿਡਾਰੀ ਆ ਕੇ ਗਏ ਆ ਦੇ ਦੇਣਾ ਔਰ ਸਾਡੇ ਜ਼ਿੰਦਗੀ ਦੇ ਅਜੀਜ਼ ਮਿੱਤਰ ਖੱਟਾ ਢਾਲੀਵਾਲ ਬੰਨਿਓ 10 ਰੁਪਏ ਦਾ ਵੱਡਾ ਮਾਣ ਆਇਆ ਦੱਸ ਦੇ ਲਈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪੁੱਛੋ ਫੋਰ ਦੇ ਵਰਸ ਜੀ ਕੋਟ ਫੱਤਾ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਵਿੱਚ ਪਹੁੰਚਦੀਆਂ ਹੋ ਜੀ ਪੁੱਛੋ ਖੁਰਦ ਵਰਸ ਜੀ ਕੋਟ ਫੱਤਾ ਹੈਲੋ ਪ੍ਰਬੰਧਕੀ ਕਮੇਟੀ ਨੂੰ ਬਈ ਬੇਨਤੀ ਆਈ ਹੈ ग्राउंड दे विच वाधू जिहड़े खिडारी हुंदे आ ओह बॉक्सां दे विच बैठ जा करो ते वाधू जिन्ने रैफरी चाहीदे आ रैफरी ते कमेंट्री आ बंदे ही होण ओदू वध ना होण बंदे क्योंकि 365.com ते लाइव चल रहा है इहदे विच पता नहीं लगदा भी किहड़ा किधर रेट पाउंदा जां साडा जिंदगी दा अजीज मित्र है डीपी ताल बनियो तालीवाल बनियो 10 रुपए का बड़ा मान आया असीं उहदा बहुत बहुत धन्यवाद करते हैं साडी जिंदगी दा अजीज मित्र चल भी बाबा जीवन क्लब चक फतेह सिंह वाले की टीम खेतां वाली साइड पुज गई है जी बाबा जीवन क्लब चक फतेह सिंह वाले की टीम खेतां वाली साइड पुज गई है जी जो पिंड माई वीरो भाई भगतू क्लब चक राम सिंह वाले की टीम ਸਿੰਧਾ ਸਿੰਘ ਜੀ ਬਲਾਕ ਸੰਮਤੀ ਮੈਂਬਰ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਆ ਹਾਂਜੀ ਲੱਖਾ ਸਿੰਘ ਜੀ ਸਰਪੰਚ ਸਾਹਿਬ ਵੱਲੋਂ ਵੀ 10 ਰੁਪਏ ਰੇਟ ਤੇ ਲੱਗ ਚੁੱਕੇ ਆ ਪਹਿਲੀ ਕਬੱਡੀ ਜਿਹੜੀ ਬਾਬਾ ਜੀਵਨ ਕਲੱਬ ਚੱਕ ਫਤਿਹ ਸਿਰਫ ਟੀਮਾਂ ਦੀਆਂ ਸਾਈਡਾਂ ਦੱਸੀਆਂ ਜਾਣ ਭਾਈ ਸਾਹਿਬ ਬਾਬਾ ਜੀਵਨ ਕਲੱਬ ਚੱਕ ਫਤਿਹ ਸਿੰਘ ਵਾਲਾ ਖੇਤਾਂ ਵਾਲੀ ਸਾਈਡ ਜੀ ਗੇਟ ਵਾਲੀ ਸਾਈਡ ਮਾਈ ਵੀਰੋ ਭਾਈ ਭਗਤੂ ਕਲੱਬ ਚੱਕ ਰਾਮ ਸਿੰਘ ਵਾਲਾ ਲਓ ਸਮੇਂ ਚੱਕਾ ਵਾਲਾ ਨੌਜਵਾਨ ਪਾਉਂਦਾ ਹੋਇਆ ਬਲਕਿ ਕਬੱਡੀ ਆ ਸਮੇਂ ਹਲਕਾ ਜਿਹਾ ਟੱਚ ਕੀਤਾ ਨੌਜਵਾਨ ਦੇ 30 ਸਕਿੰਟ ਦਾ ਸਮਾਂ ਔਰ ਬੈਟਿੰਗ ਸ਼ੂਟ ਹੈ ਮੇਰੇ ਵੀਰੋ ਔਰ ਪੁਆਇੰਟ ਜਿਹੜਾ ਧਾਵੀ ਦੀ ਟੀਮ ਦੇ ਹਿੱਸੇ ਚੱਕਾ ਦੀ ਟੀਮ ਦੇ ਹਿੱਸੇ ਹੈ ਹਰਮੇਲ ਸਿੰਘ ਜੀ ਸੋਨਾ ਵੱਲੋਂ 10 ਰੁਪਏ ਰੇਟ ਦੇ ਲੱਗ ਚੁੱਕੇ ਹਾਂਜੀ ਲੱਖਾ ਸਿੰਘ ਜੀ ਸਰਪੰਚ ਸਾਹਿਬ ਵੱਲੋਂ ਵੀ 10 ਰੁਪਏ ਕਾਕਾ ਸਿੰਘ ਜੀ ਗੈਸ ਏਜੰਸੀ ਵਾਲੇ ਵੱਲੇ ਵੀ 10 ਰੁਪਏ ਰੇਟ ਦੇ ਲੱਗ ਚੁੱਕੇ ਹੈ ਲੋ ਸਮੇਂ 30 ਰੁਪਿਆਂ ਦੀ ਪੈਂਦੀ ਹੋਈ ਵੱਧ ਕੇ ਕਬੱਡੀ ਹੈ ਮੇਰੇ ਵੀਰੋ ਚੱਕਾਂ ਵਾਲੇ ਦੀ ਇਸ ਸਮੇਂ ਰਾਮ ਸਿੰਘ ਵਾਲੇ ਦੀ ਧਰਤੀ ਦਾ ਨੌਜਵਾਨ
ਭਰੀਆਂ ਹੋਈਆਂ ਬਾਗਲਾਂ ਨੇ ਮੇਰੇ ਵੱਲੋਂ ਹਿੱਕ ਤੇ ਢਾ ਕੇ ਬੈਠਣ ਵਾਲੀ ਗੱਲ ਕਰਦਾ ਹੋਇਆ ਔਰ ਚੱਕਾ ਵਾਲਾ ਵੀ ਬੜਾ ਤੇਜ਼ ਤਰਾਰ ਖਿਡਾਰੀ ਹੈ ਮੇਰੇ ਵੀਰੂ ਗਲ ਵਿੱਚ ਨਕੋਦਰ ਵਾਲੇ ਸਾਈਆਂ ਦਾ ਸਿੱਕਾ ਅੱਜ ਸਮੇਂ ਲੱਗਦਾ ਹੋਏ ਯਾਰ ਪੁਆਇੰਟ ਜਿਹੜਾ ਚੱਕ ਰਾਮ ਸਿੰਘ ਵਾਲੀ ਦੀ ਟੀਮ ਦੇ ਜਗਜੀਤ ਸਿੰਘ ਜੀ ਪ੍ਰਧਾਨ ਢਿੱਲੋਂ ਸਾਹਿਬ ਵੱਲੋਂ 10 ਰੁਪਏ ਇਸ ਰੇਟ ਤੇ ਲੱਗ ਚੁੱਕੇ ਆ ਭੋਲਾ ਸਿੰਘ ਜੀ ਗੈਸ ਏਜੰਸੀ ਵਾਲੇ ਨੂੰ 10 ਰੁਪਏ ਇਸ ਰੇਟ ਤੇ ਲੱਗ ਚੁੱਕੇ ਆ ਕੁਲਦੀਪ ਸਿੰਘ ਬੱਬੀ ਜਰਨਲ ਸਕੱਤਰ ਜੂਥ ਅਕਾਲੀ ਦਲ ਵੱਲੋਂ 20 ਰੁਪਏ ਦਾ ਵੱਡਾ ਮਾਣ ਆਇਆ ਮਾਂ ਖੇਡ ਕਬੱਡੀ ਦੇ ਬੋਲਾਂ ਤੋਂ ਖੁਸ਼ ਹੋ ਕੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਅਸ਼ਰਫ ਭਾਈ ਮਾਲਵੇ ਦੀ ਪਾਵਨ ਤੇ ਪਵਿੱਤਰ ਧਰਤੀ ਜ਼ਿਲ੍ਹੇ ਬਠਿੰਡੇ ਦਾ ਮੇਰੇ ਵੀਰੋ ਇਤਿਹਾਸਕ ਨਗਰੇ ਗੁਰੀਆਂ ਪੀਰਾਂ ਫਕੀਰਾਂ ਤੇ ਪੈਗੰਬਰਾਂ ਦੀ ਚਰਨ ਛੋਹ ਪਵਿੱਤਰ ਧਰਤੀ ਸ਼ਹੀਦ ਬਾਬਾ ਫਤਿਹ ਸਿੰਘ ਜੀ ਦੀ ਧਰਤੀ ਤੇ ਅੱਜ ਆਪਾਂ ਇਹ ਚੌਥੇ ਵਰੇ ਦਾ ਸਾਲਾਨਾ ਖੇਡ ਕਬੱਡੀ ਕੱਪੇ ਸ਼ਹੀਦ ਬਾਬਾ ਫਤਿਹ ਸਿੰਘ ਦੀ ਯਾਦ ਨੂੰ ਸਮਰਪਿਤ ਰੱਖਦੇ ਹਾਂ ਪੂਰੀ ਮੈਨੇਜਮੈਂਟ ਕਮੇਟੀ ਦਾ ਵੱਡਾ ਧੰਨਵਾਦ ਹੈ ਸਾਰੇ ਹੀ ਅਹੁਦੇਦਾਰ ਵੀਰਾਂ ਦਾ ਜਿਨ੍ਹਾਂ ਦੀ ਵੱਡੀ ਦੇਣ ਵੱਡੀ ਮਿਹਨਤ ਹੈ ਉਸ ਕਬੱਡੀ ਕੱਪ ਦੇ ਲਈ ਦਰਬਾਰ ਸਿੰਘ ਜੀ ਮਾਨ ਸਰਪੰਚ ਸਾਹਿਬ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਹੈ ਜਗਜੀਤ ਸਿੰਘ ਜੀ ਪ੍ਰਧਾਨ ਸਾਹਿਬ ਵੱਲੋਂ ਵੀ 10 ਰੁਪਏ ਢਿੱਲੋਂ ਸਾਹਿਬ ਵੱਲੋਂ ਲੱਗ ਚੁੱਕੇ ਨੇ ਕਿ ਬਿਨਾਂ ਮੁਰਸ਼ਦਾ ਰਾਣਾ ਹੱਥ ਆਉਂਦੇ ਤੇ ਦੁੱਧ ਆਵਾਜ਼ ਨਾ ਰਹੀ ਦੀ ਖੀਰ ਸਾਈ ਸਿਦਕ ਧਾਰਕੇ ਨਾਲ ਯਕੀਨ ਆਇਆ ਅਸੀਂ ਚੇਲੜੇ ਤੇ ਤੁਸੀਂ ਹੋ ਪੀਰ ਸਾਈ ਫਕਰ ਪਕੜ ਕੇ ਲੰਮਦਾ ਤੁਰਤ ਬੰਨੇ ਤੇ ਬੇੜਾ ਡੁੱਬਦਾ ਡੂੰਘੜੇ ਨੀਰ ਸਾਈ ਫਕਰ ਕੁੱਲ ਜਹਾਨ ਦਾ ਆਸਰਾਏ ਤਾਬਿਆ ਫਕਰ ਦੀ ਪੀਰ ਅਮੀਰ ਸਾਈ ਵਾਦਸ਼ਾਹ ਸੱਚਾ ਰੱਬ ਆਲਮਾਂ ਦਾ ਤੇ ਫਕਰ ਉਸ ਦੇ ਹੈਣ ਵਜ਼ੀਰ ਸਾਈ ਬਿਨਾਂ ਮੁਰਸ਼ਦਾ ਰਾਣਾ ਹੱਥ ਆਉਂਦੀ ਤੇ ਦੁੱਧ ਆਵਾਜ਼ ਨਾ ਰਹੀ ਦੀ ਜ਼ੋਨਾ ਵੱਲੋਂ 10 ਰੁਪਏ ਤੇ ਦੁੱਧ ਆਵਾਜ਼ ਨਾ ਰਹੀ ਦੀ ਖੀਰ ਸਾਈ ਜਿੰਦਾ ਸਿੰਘ ਜੀ ਬਲਾਕ ਸੰਮਤੀ ਮੈਂਬਰ ਵੱਲੋਂ 10 ਰੁਪਏ ਰੇਟ ਤੇ ਬੇਨਤੀ ਵੱਲੋਂ 10 ਰੁਪਏ ਰੇਟ ਤੇ ਪੁੱਛੋ ਖੁਰਦ ਤੇ ਕੋਟਫੱਤਾ ਅਗਲੇ ਮੈਚ ਦੀਆਂ ਦੋਨੇ ਟੀਮਾਂ ਪਹਿਲਵਾਨ ਖੇਡ ਗਰਾਊਂਡ ਦੇ ਲਾਗੇ ਪਹੁੰਚਾਂਦੇ ਪੁੱਛੋ ਖੁਰਦ ਤੇ ਕੋਟਫੱਤੇ ਦੀਆਂ ਟੀਮਾਂ ਸਰਦਾਰ ਗੁਰਚਰਨ ਸਿੰਘ ਜੀ ਪ੍ਰਧਾਨ ਹੈ ਚੁੱਕੇ ਨੇ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਪੁੱਛੋ ਖੁਰਦ ਤੇ ਕੋਟਫੱਤਾ ਗਰਾਊਂਡ ਦੇ ਵਿੱਚ ਪੁੱਜ ਰਹੀ ਗੁਰਚਰਨ ਸਿੰਘ ਜੀ ਪ੍ਰਧਾਨ ਹੈ ਜਗਜੀਤ ਸਿੰਘ ਜੀ ਸਿੱਧੂ ਭਾਈਕਾ ਇਕਬਾਲ ਸਿੰਘ ਜੀ ਭਾਈਕਾ ਸੁਖਰਾਜ ਸਿੰਘ ਜੀ ਨਾਲ ਹੀ ਮੇਰਾ ਵੀਰ ਵਿੰਦਰ ਸਿੰਘ ਜੀ ਸਾਰੇ ਇਸ ਕਾਰਜਕ ਵੀਰਾਂ ਦਾ ਵੱਡਾ ਧੰਨਵਾਦ ਪੂਰੀ ਮੈਨੇਜਮੈਂਟ ਦਾ ਲੋ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਦੀ ਵਰ ਕੇ ਪੈਂਦੀ ਹੈ ਲੱਖਾ ਸਿੰਘ ਜੀ ਸਰਪੰਚ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਨੇ ਸ਼੍ਰੀ ਜਗਜੀਤ ਸਿੰਘ ਜੀ ਬੜੇ ਮਾਨ ਸਨਮਾਨ ਕਰਦੇ ਆ ਸਾਡਾ ਦੋਨੇ ਟੀਮਾਂ ਨੂੰ 100-100 ਰੁਪਏ ਇਨਾਮ ਭੇਜ ਰਹੇ ਆ ਅਸੀਂ ਧੰਨਵਾਦ ਕਰਦੇ ਹਾਂ ਕਮੇਟੀ ਵੱਲੋਂ ਇਹਨਾਂ ਦਾ ਸਰਦਾਰ ਜਗਜੀਤ ਸਿੰਘ ਜੀ ਦਾ ਪੁੱਛੋ ਖੁਰ ਤੇ ਕੋਟਫੱਤਾ ਤੁੰਗ ਵਾਲੀ ਏ ਤੇ ਗੋਬਿੰਦਪੁਰਾ ਇਸ ਤੋਂ ਅਗਲਾ ਮੈਚ ਤੁੰਗ ਵਾਲੀ ਏ ਵਰਸੇ ਗੋਬਿੰਦਪੁਰੇ ਦਾ ਹੋਵੇਗਾ ਜਗਜੀਤ ਸਿੰਘ ਜੀ ਢਿੱਲੋਂ ਸਪੈਸ਼ਲ 10 ਰੁਪਏ ਰੇਟ ਤੇ ਲੱਗ ਚੁੱਕੇ ਨੇ ਹਰਮੇਲ ਸਿੰਘ ਜੀ ਸੋਨਾ ਵੱਲੋਂ ਵੀ ਰੇਟ ਦੇ 10 ਰੁਪਏ ਲੱਗ ਚੁੱਕੇ ਨੇ ਤੁੰਗ ਵਾਲੀ ਏ ਤੇ ਗੋਬਿੰਦਪੁਰਾ ਅਗਲੇ ਮੈਚ ਦੀਆਂ ਦੋਨੇ ਟੀਮਾਂ ਪਹਿਲਵਾਨ ਗਰਾਊਂਡ ਦੇ ਵਿੱਚ ਆਉਣੇ ਤੁੰਗ ਵਾਲੀ ਏ ਤੇ ਗੋਬਿੰਦਪੁਰੇ ਦੀਆਂ ਟੀਮਾਂ ਲਓ ਅੰਕ ਧਾਵੀ ਦੇ ਹਿੱਸੇ ਦੇ ਵਿੱਚ ਚੱਲ ਵੀ ਪਹਿਲਵਾਨ ਪਾਗਲੀ ਕਬੱਡੀ ਖੇਡ ਮੈਦਾਨ ਵਿੱਚ ਕਬੱਡੀ ਚੱਕ ਵਾਲੇ ਗੱਭਰੂ ਦੀ ਪੈਂਦੀ ਏ ਲਓ ਉਧਰ ਵੀਨੇ ਚੱਕ ਪਿੰਡ ਦੀ ਟੀਮ ਏ ਮੇਜਵਾਨ ਪਿੰਡ ਦੀਆਂ ਦੋਨੋਂ ਟੀਮਾਂ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਸ਼ਿੰਦਾ ਸਿੰਘ ਜੀ ਬਲਾਕ ਸੰਮਤੀ ਮੈਂਬਰ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਆ ਹੈਲੋ ਕਬੱਡੀ 75 ਕਿਲੋ ਵਰਗ ਤੇ ਓਪਨ ਦੀਆਂ ਟੀਮਾਂ ਜੋ ਵੀ ਸਾਡੇ ਵਿਚਕਾਰ ਪਹੁੰਚੀਆਂ ਨੇ ਆਪਣੀ ਐਂਟਰੀ ਕਰਾ ਦੇਣ ਕਬੱਡੀ 75 ਕਿਲੋ ਵਰਗ ਤੇ ਓਪਨ ਲਓ ਕਬੱਡੀ ਖੇਡ ਮੈਦਾਨ ਵਿੱਚ ਚੱਕਾਂ ਵਾਲੇ ਗੱਭਰੂ ਦੀ ਮਾਰ ਮੋਟੇ ਜੇ ਪੱਟਾਂ ਤੇ ਥਾਪੀ ਲੱਖਾ ਸਿੰਘ ਜੀ ਸਰਪੰਚ ਵੱਲੋਂ ਸਪੈਸ਼ਲ 10 ਰੁਪਏ ਰੇਟ ਤੇ ਜਗਜੀਤ ਸਿੰਘ ਜੀ ਢਿੱਲੋਂ ਸਾਹਿਬ ਵੱਲੋਂ 10 ਰੁਪਏ ਰੇਟ ਤੇ ਸਪੈਸ਼ਲ ਓਏ ਹੈਲੋ ਸੋਨਾ ਸਿੰਘ ਹਾਂਗਕਾਂਗ ਵੇਟ ਕਮੇਟੀ ਕੋਲੇ ਆ ਪਹੁੰਚੇ ਬਈ ਉਹਦੀ ਵੇਟ ਕਮੇਟੀ ਤੇ ਡਿਊਟੀ ਆ ਸੋਨਾ ਸਿੰਘ ਹਾਂਗਕਾਂਗ
मक्खण सिंह जी पंचायत मैंबर साहब वालों 10 रुपए रेट से लग चुके नाल ही भी अगले मैच रही टीम तुंग वाली ए गोविंदपुरा यह दोनों टीम पहलवान जल्दी ग्राउंड तुंग वाली ए गोविंदपुरा हेलो सरबजीत सिंह जी वालों स्पैशल नाम मीके दिता जाता 50 रुपये सरबजीत सिंह जी ब्लाक तुंग वाली ए गोविंदपुरा अगले मैच दी दोनों टीम तैयार रहे तुंग वाली ए गोविंदपुरा लो कबड्डी चक पिंड वाले गभरू की मेजबान पिंड का नौजवान धाबी लो कबड्डी पाता होया अंक जाफी के हिस्से के विच चल भी पलवान पागली कबड्डी के धरत मालवे की महका दी राणी है मक्खण सिंह जी मैंबर वालों स्पैशल 10 रुपये नाम रेट लग चुके हैं जगजीत सिंह जी ढिलों वालों भी स्पैशल नाम 10 रुपये रेट से के धरत मालवे की महका दी राणी है ते गिद्दे भंगड़े खेडां दी मित्रो ते करीत प्राणी है ये धरत मालवे की महका दी राणी है अज मालवे की धरती से कहिंदे वड्डियां रौनकां लगियां मेरे वीर चौथे वरे का गुलाब खिड़े है लो अंक जाफी का हाफ टाइम है उस मैच का अगले मैच ले ली तुंग वाली ए ते गोविंदपुरा ये दोनों टीम ग्राउंड दे विच आउणी तुंग वाली ए ते गोविंदपुरा हैलो सुखबीर सिंह जी सुखी वल्लों जाफी नूं स्पैशल 50 रुपए नाम बेअंत सिंह वल्लों स्पैशल 10 रुपए नाम खट्टे नूं उत्ते जांदे आ वी हैलो भाई लंगर कमेटी कन्नियों बेनती है भी भांडे लैके लंगर चो बाहर ना आओ मेरे वीर खिडारी वीर प्रशादा छक के जिहड़ा विच टूटियां लगियां होईयां ने पिप्पल कोले उत्थों कृपा करके पानी पियो कोई भी बर्तन है जिहड़ा ओह टेंट दे विचों बाहर नहीं आना चाहीदा कृपा करके उत्थे ही चाह पानी पी के आ जाओ उत्थे ही रख दिओ चक राम सिंगल दे अंक ने नौ ते साढ़े सत्त अंक है जिहड़े बाबा जीवन सिंह क्लब चक दी टीम दे तुंग वाली ए गोविंदपुरा अगले मैच दीआं दोनों टीमां बेड़ ग्राउंड दे विच आ जांदे तुंग वाली ए गोविंदपुरा हेलो पप्पी खालसे वालों खट्टे नूं 50 रुपए इनाम दे एंट्री काउंटर तो लै जाया जांदा होया तुंग वाली ए ते गोविंदपुरा तुंग वाली ए गोविंदपुरे दीआं टीमां लो हाफ टाइम दी पहली कबड्डी मेरे वीर खेड ग्राउंड विच हैलो लखा सिंह जी सरपंच वल्लों 10 रुपए रेट दे लग चुके है जगजीत सिंह जी प्रधान साहब वल्लों भी 10 रुपए रेट दे लग चुके है लो इधर कबड्डी नौजवान धाबी दी पैंदी है ते अंक जाफी दे हिस्से दे विच अगली कबड्डी फिर मैदान विच चल भी पलवाना चक पिंड वालिया उधर कहिंदे भी पूरी दुनिया दी पापूलर है पंजाब भर दी नंबर वन वैबसाइट है कबड्डी 365 मेरे वीर जिहदे राहीं अज पूरी दुनिया दे विच लाइव प्रसारण कीता जाणा है गुरबख्श सिंह जी सरपंच साहब वल्लों भी 10 रुपए रेट दे लग चुके है तुंग वाली ए ते गोविंदपुरा अगले मैच दी दोनों टीम ग्राउंड दे विच आउणी तुंग वाली ए ते गोविंदपुरे दी टीम लो अंक जाफी दे हिस्से दे विच चल भी पलवान पागली कबड्डी लो चक पिंड वाले गभरू दी कबड्डी पैंदी ए खेड ग्राउंड विच कत्तर सिंह वल्लों स्पैशल खट्टे दी जाफी ते 10 रुपए इनाम दित्ता जांदा है मक्खण सिंह जी पंचायत मैंबर वल्लों 10 रुपए रेट दे लग चुके ने तुंग वाली ए गोविंदपुरे दीआं टीमां लो इधर गभरू ने वर के जफा लाउण दी
ਕੀਤੀ ਹੋਈ ਟਰਾਈ ਮੇਰੇ ਵੀਰੋ ਖੇਡ ਗਰਾਊਂਡ ਦੇ ਵਿੱਚ ਤੇ ਦਿਆਲਪੁਰੇ ਪਿੰਡ ਦਾ ਦੇ ਬੇਨੇ ਉਸ ਅੰਕ ਦੇ ਫੈਸਲੇ ਕੀ ਦੇਵੇਗਾ ਜਿਹੜੇ ਨੌਜਵਾਨ ਨੂੰ ਕਹਿੰਦੇ ਵੀ ਤਿੰਨ ਵਾਰ ਮਾਣ ਮਿਲਿਆ ਵਿਸ਼ਵ ਕਬੱਡੀ ਕੱਪ ਦੇ ਵਿੱਚ ਅੰਪਾਇਰਿੰਗ ਕਰਨ ਦਾ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਨਾਲ ਆਲਮ ਵਾਲੇ ਪਿੰਡ ਦਾ ਅਜਮੇਰ ਆਇਆ ਨਾਲ ਕਹਿੰਦੇ ਵੀ ਜਿਹੜੇ ਨੌਜਵਾਨ ਨੇ ਇੱਕ ਵਾਰ ਇਰਾਨ ਦੀ ਦੋ ਵਾਰ ਕੀਨੀਆ ਦੀ ਟੀਮ ਦੀ ਕੋਚਿੰਗ ਕੀਤੀ ਏ ਮਨਜਿੰਦਰ ਸਿੰਘ ਸੀਪਾ ਆਲਮ ਵਾਲੇ ਪਿੰਡ ਦਾ ਵੱਡਾ ਧੰਨਵਾਦ ਇਹਨਾਂ ਵੀਰਾਂ ਦਾ ਵੀ ਮੱਖਣ ਸਿੰਘ ਜੀ ਪੰਚਾਇਤ ਮੈਂਬਰ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਨਾ ਲੱਖਾ ਸਿੰਘ ਜੀ ਸਰਪੰਚ ਵੱਲੋਂ ਵੀ ਰੇਟ ਤੇ ਲੱਗ ਚੁੱਕੇ 10 ਰੁਪਏ ਤੁੰਗ ਵਾਲੀ ਏ ਤੇ ਗੋਬਿੰਦਪੁਰਾ ਇਹ ਦੋਨੋਂ ਟੀਮਾਂ ਆਪਣੀ ਤਿਆਰੀ ਫੜ ਲੈਣ ਅਗਲੇ ਮੈਚ ਦੇ ਲਈ ਤੁੰਗ ਵਾਲੀ ਏ ਤੇ ਗੋਬਿੰਦਪੁਰੇ ਦੀਆਂ ਟੀਮਾਂ 71 ਸਿੰਘ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਆ ਲੋ ਕਬੱਡੀ ਮੈਦਾਨ ਵਿੱਚ ਜਗਜੀਤ ਸਿੰਘ ਜੀ ਢਿੱਲੋਂ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਆ ਹਰਮੇਲ ਸੋਨੇ ਦੇ 10 ਰੁਪਏ ਲੱਗ ਚੁੱਕੇ ਆ ਰੇਟ ਤੇ ਜਗਸੀਰ ਸਿੰਘ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਆ ਲਾਗਲੀ ਕਬੱਡੀ ਫਿਰ ਗਰਾਊਂਡ ਵਿੱਚ ਚੱਕਾ ਵਾਲੇ ਗੱਭਰੂ ਦੀ ਚੱਲ ਵੀ ਪਲਵਾਨਾ ਪਾ ਕਬੱਡੀ ਜਿੱਥੇ ਅੱਜ ਮੇਰੇ ਵੀਰੋ ਕਬੱਡੀ 60 ਕਿਲੋ ਭਾਰ ਦੇ ਮੈਚ ਖੇਡੇ ਜਾਂਦੇ ਨੇ ਉੱਥੇ ਅੱਜ ਦੁਨੀਆ ਦੇ ਮਹਾਨ ਖਿਡਾਰੀ ਵੀ ਜਿਹੜੇ ਇਸ ਧਰਤੀ ਤੇ ਪੁੱਜਣੇ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਦੇ ਲਈ ਮੱਖਣ ਸਿੰਘ ਜੀ ਪੰਚਾਇਤ ਮੈਂਬਰ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਆ ਤੁੰਗ ਵਾਲੀ ਏ ਤੇ ਗੋਬਿੰਦਪੁਰਾ ਦੋਨੋਂ ਟੀਮਾਂ ਤਿਆਰ ਰਹੇ ਨੇ ਅਗਲੇ ਮੈਚ ਦੀਆਂ ਲਾ ਉਧਰ ਮੋਟੇ ਪੱਟਾਂ ਨੂੰ ਕਹਿੰਦੇ ਵੀ ਖਿੱਚ ਵੱਜਦੀ ਏ ਆ ਜੀਂਦਾਰੀ ਦਾ ਜੱਫਾ ਮੇਰੇ ਵੀਰੋ ਤੇ ਅੰਕ ਜਾਫੀ ਦੇ ਹਿੱਸੇ ਦੇ ਵਿੱਚ ਅੰਕ ਚੱਕ ਪਿੰਡ ਦੀ ਟੀਮ ਦਾ ਚੱਲ ਵੀ ਪਲਵਾਨ ਪਾਗਲੀ ਕਬੱਡੀ ਲਓ ਚੱਕਾਂ ਵਾਲੇ ਗੱਭਰੂ ਦੀ ਅਗਲੀ ਕਬੱਡੀ ਪੈਂਦੀ ਏ ਕਿ ਸ਼ੀਸ਼ੇ ਮੂਹਰੇ ਛਾਤੀ ਤਾਂ ਹਰੇਕ ਤਣਦਾ ਹੈ ਕਿ ਸ਼ੀਸ਼ੇ ਮੂਹਰੇ ਛਾਤੀ ਤਾਂ ਹਰੇਕ ਤਣਦਾ ਹੈ ਤੇ ਘਰ ਵਿੱਚ ਦਾਰਾ ਸਿੰਘ ਵੀ ਹਰੇਕ ਬਣਦਾ ਹੈ ਤੇ ਗਰਾਊਂਡ ਵਿੱਚ ਪੈਂਦਾ ਜਦੋਂ ਆਵਾਜ਼ ਉਹਦਿਆ ਫਿਰ ਲੈਂਦੇ ਨੇ ਬਗਾਨੇ ਪੋਤੇ ਢਾਜ ਉਹਦਿਆ ਜਦੋਂ ਅਰਜੇ ਕਲਾੜੀ ਵਿੱਚ ਗੰਨਾ ਲੰਗੇ ਆਣੀਆਂ ਤੇ ਫਿਰ ਕੰਮ ਨਹੀਂ ਆਉਂਦਾ ਕਹਿੰਦੀ ਜੋਰ ਅੰਨਾ ਲੰਗੇ ਆਣੀਆਂ ਤੇ ਫਿਰ ਕੰਮ ਨਹੀਂ ਆਉਂਦਾ ਕਹਿੰਦੀ ਜੋਰ ਅੰਨਾ ਲੰਗੇ ਆਣੀਆਂ ਲਓ ਜੀ ਮੇਰੇ ਵੀਰੋ ਜੋਰ ਪਰਖੇ ਜਾਣੇ ਨੇ ਖੇਡ ਗਰਾਊਂਡ ਦੇ ਵਿੱਚ ਤੇ ਅੰਕ ਨਾਜ਼ਨ ਜਾਫੀ ਦਾ ਅੰਕ ਚੱਕ ਪਿੰਡ ਦੀ ਟੀਮ ਦਾ ਹੈਲੋ ਅੱਜ ਨਾ ਮੇਰੇ ਵੀਰਾਂ ਨੇ ਰੇਟ ਤੇ ਪੈਸੇ ਲਾਉਣ ਵਾਸਤੇ ਦਿੱਤੇ ਸਨ ਖਾਤੇ ਖੁੱਲੇ ਸੀ ਉਹਨਾਂ ਦਾ ਬੈਂਕ ਬੈਲੈਂਸ ਖਤਮ ਹੋ ਗਿਆ ਤੇ ਰੇਟ ਤੇ ਪੈਸੇ ਲਾਉਣੇ ਤਾਂ ਹੋਰ ਬੈਂਕ 'ਚ ਪੈਸੇ ਜਮ੍ਹਾਂ ਕਰਵਾਏ ਜਾਣ ਤੁੰਗ ਵਾਲੀ ਏ ਤੇ ਗੋਬਿੰਦਪੁਰਾ ਇਹ ਟੀਮਾਂ ਵੀ ਜਿਹੜੀਆਂ ਮੈਦਾਨ ਦੇ ਵਿੱਚ ਆਉਣੇ ਤੁੰਗ ਵਾਲੀ ਏ ਤੇ ਗੋਬਿੰਦਪੁਰੇ ਦੀਆਂ ਟੀਮਾਂ ਚੱਲ ਵੀ ਚੱਕ ਪਿੰਡ ਵਾਲਿਆ ਪਾ ਪਲਵਾਨਾ ਕਬੱਡੀ ਲਓ ਖੇਡ ਗਰਾਊਂਡ ਵਿੱਚ ਕਬੱਡੀ ਚੱਕਾਂ ਵਾਲੇ ਗੱਭਰੂ ਦੀ ਪੈਂਦੀ ਏ ਉੱਥੇ ਜਿੱਥੇ ਅੱਜ ਮੇਰੇ ਵੀਰੋ ਪੂਰੇ ਪੰਜਾਬ ਦੇ ਕੋਨੇ ਕੋਨੇ ਤੋਂ ਕਿੰਨੇ ਵੀ ਦਰਸ਼ਕ ਵੀਰ ਪੁੱਜਣੇ ਨੇ ਇਹ ਖੇਡ ਮੈਦਾਨ ਦਾ ਨਜ਼ਾਰਾ ਤੱਕਣ ਦੇ ਲਈ ਉੱਥੇ 1 ਲੱਖ ਤੋਂ ਵੱਧ ਦਰਸ਼ਕ ਜਿਹੜਾ 365 ਦੇ ਨਾਲ ਜੁੜੇਗਾ ਕਿੰਨੇ ਵੀ ਪੂਰੀ ਦੁਨੀਆ ਦੀ ਪਾਪੂਲਰ ਹੈ ਪੂਰੇ ਪੰਜਾਬ ਭਰ ਦੀ ਨੰਬਰ 1 ਵੈਬਸਾਈਟ ਏ ਸਿਲਵਰ ਆਖੇ ਵਾਲੇ ਵੀਰਾਂ ਦੀ ਕਬੱਡੀ 365 ਏ ਜਿਹੜੀ 7 ਸਮੁੰਦਰੋਂ ਪਾਰ ਮੇਰੇ ਵੀਰੋ ਵਿਦੇਸ਼ੀ ਵੀਰਾਂ ਨੂੰ ਨਜ਼ਾਰੇ ਤੱਕਣ ਦੇ ਲਈ ਮਿਲਣਗੇ ਲਓ ਇੱਧਰ ਜੀਦਾਰੀ ਦਾ ਜੱਫਾ ਤੇ ਅੰਕ ਨੌਜਵਾਨ ਜਾਫੀ ਦਾ ਅੰਕ ਚੱਕ ਪਿੰਡ ਵਾਲੇ ਦਾ ਚੱਲ ਵੀ ਗਬਰੀਆ ਪਾਗਲੀ ਕਬੱਡੀ ਖੇਡ ਮੈਦਾਨ ਵਿੱਚ ਸਿੰਧਾ ਸਿੰਘ ਜੀ ਬਲਾਕ ਸੰਮਤੀ ਮੈਂਬਰ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਆ ਤੁੰਗ ਵਾਲੀ ਏ ਤੇ ਗੋਬਿੰਦਪੁਰੇ ਦੀਆਂ ਟੀਮਾਂ ਵੀ ਜਿਹੜੀਆਂ ਮੈਦਾਨ ਦੇ ਵਿੱਚ ਪੁੱਜਣੇ ਲਓ ਇੱਧਰ ਪਾਈ ਹੋਈ ਕਬੱਡੀ ਤੇ ਉੱਧਰ ਜਾਫੀ ਦੀ ਗੱਭਰੂ ਨੇ ਤਿਆਰੀ ਏ ਤੇ ਅੰਕ ਜਾਫੀ ਦੇ ਹਿੱਸੇ ਦੇ ਵਿੱਚ ਚੱਲ ਵੀ ਪਲਵਾਨ ਪਾਗਲੀ ਕਬੱਡੀ ਲਓ ਚੱਕਾਂ ਵਾਲਾ ਅਗਲੀ ਕਬੱਡੀ ਪਾਉਂਦਾ ਕਿ ਜਿਉਂਦੇ ਰਹਿਣ ਸੀਲਬਰਾਰੇ ਯਾਰੇ ਕਬੱਡੀ 85 ਵਿੱਚ ਸੰਸਾਰੇ ਕਿ ਜਿਉਂਦੇ ਰਹਿਣ
सेल बरारे यारे कबड्डी पचाती विच संसारे कम कीता दुनिया ने विच कैंटे बनाती कबड्डी वैबसाइटे 365 प्यार बने रहे प्रदीप ते हैप्पी वर्गे भाइयों का कबड्डी 365.com ते यारो हाथ है नकोदर वाले साइया का कबड्डी 365.com ते यारो हाथ है नकोदर वाले साइया का किन्नी भी साइया की अपार कृपा नाल ही मैच दी जिहड़ी समाप्ति है। शिंदा सिंह जी ब्लाक समिति मैंबर वालों 10 रुपए रेट से लग चुके हैं। हेलो इना दो चल रहे मैच का रिजल्ट अनाउंस करो ये त्रा जा चक राम सिंह वाले बी तुंग वाली ये गोविंदपुरा ये दोनों टीम तैयार रहे ने लो इधर चक पिंड वाले गभरू की कबड्डी है नाल प्रवान जिहड़ी टीम का कोई मैच नहीं वो टीम ने जिहड़े प्लेयर ने ग्राउंड तो बाहर हो जाने वेटिंग रूम के खड़ने जिहड़ी टीम का प्रवान कोई मैच नहीं ना जिहड़े वाधू प्लेयर है वह कृपा करके वीर ग्राउंड तो बाहर चले जाने वेटिंग रूम के रोकन तुंग वाली ये गोविंदपुरा ये दोनों टीम सेंटर लाइन से आने इस मैच के उपर जरा इतराज है जरा मैच हो खड़ारी बाहर ना जान ग्राउंड के अंदर ही रहन इतराज लगे हुआ किसी खड़ारी ने बाहर नहीं जाना दोनों टीम चो तुंग वाली ये गोविंदपुरा दोनों टीम जिहड़ियां मैच खेल के हटिया ये अपना बनता नाम स्टेज तो लै जाना दोने टीम अपना अपना नाम लै जाना पुचो खुरदे कोट फत्ता सीमा कला ते डेरा बाबा रूमी वाला पुचो कला टीम भी अपनी तैयारी फड़ लेनी हेलो भाई सखराज सिंह पंचायत मैंबर स्टेज ते आवे भी हेलो हांडा मोटरसाइकिल दी चाबी भी डिग पी वो एंट्री काउंटर तो लै जाना खेड ग्राउंड गोविंदपुरे पिंड की टीम है जिहड़ी ये टीमें गेट वाले पासे ते खेतां वाले पासे टीम जिहड़ी तुंग वाली पिंड दी है लो कबड्डी खेड मैदान विच गोविंदपुरे पिंड वाले दी चल भी प्रवान हो गया कबड्डी साडे मूहरों अगे परे हो जाणा मैच शुरू हो गया सी मैच दा चलो चलो परे हो जाओ तुम तुंग वाली दी टीम जी जिहड़ी खेतां वाले पासे है गेट वाले पासे जिहड़ी टीमें ये टीमें गोविंदपुरे पिंड दी लो कबड्डी खेल मैदान विच गोविंदपुरे पिंड वाले गभरू दी पैंदी है किन्ने भी भीम दी कबड्डी उधर बलकार तुंग वाली पिंड दा जिहड़े पिंड दे रघवीर सिंह भीरे ने कबड्डी खेडी जगसीर सिंह लाले होणा ने
ਕਿੰਨੀ ਵੀ ਦਿਆਲਤਾ ਸੋਢੀ ਨੇ ਤਕੜੀ ਕਬੱਡੀ ਖੇਡੀਏ ਲਾਓ ਸੇਰਾ ਪਿੰਡੂ ਜਾਫੀ ਅੰਕ ਜੁੜਦਾ ਆਪਣੀ ਟੀਮ ਦੇ ਲਈ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਪੁੱਛੋ ਖੁਰਦੇ ਤੇ ਕੋਟ ਫੱਤਾ ਇਹ ਪਲਵਾਨ ਆਪਣੀ ਤਿਆਰੀ ਫੜ ਲੈਣੇ ਪੁੱਛੋ ਖੁਰਦੇ ਤੇ ਕੋਟ ਫੱਤੇ ਦੀਆਂ ਟੀਮਾਂ ਲਾਓ ਅਗਲੀ ਕਬੱਡੀ ਤੁੰਗ ਵਾਲੀ ਪਿੰਡ ਦੇ ਕਾਲੂ ਦੀ ਪਿੰਡੀ ਇੱਕ ਰਸੂਲਪੁਰ ਪਿੰਡ ਦਾ ਕਿੰਨੀ ਵੀ ਦੁਨੀਆਂ ਦਾ ਮਹਾਨ ਹੈ ਮੇਰੇ ਵੀਰੋ ਇੱਕ ਆਹ ਨੌਜਵਾਨ ਤੁੰਗ ਵਾਲੀ ਪਿੰਡ ਦਾ ਲਓ ਕਬੱਡੀ ਪਾ ਰਹੇ ਕਿ ਰਸੂਲਪੁਰ ਦੇ ਕਾਲੂ ਨੂੰ ਦੁਨੀਆਂ ਮਸਤ ਕਹਿੰਦੀ ਏ ਤੇ ਮਾਣੋ ਕਹਿੰਦੇ ਜੀਵਨ ਦੀ ਰੇਡ ਯਾਰੋ ਹੁਣ ਲੱਖਾਂ ਵਿੱਚ ਪੈਂਦੀ ਏ ਤੇ ਬੂਟਾ ਵੀ ਗਰਾਊਂਡਾਂ ਵਿੱਚ ਛਾ ਗਿਆ ਪੰਜਾਂ ਕਲਿਆਣਾ ਦੇ ਸੱਤੇ ਨੂੰ ਯਾਰੋ ਲੋਕੀ ਕਹਿਣ ਦੂਜਾ ਪੱਪੂ ਆ ਗਿਆ ਤੇ ਖਾ ਕੇ ਖੁਰਾਕਾਂ ਯਾਰੋ ਕੋੜ ਸੁਖੀਏ ਨੇ ਬਿੱਟੂ ਨੇ ਵੀ ਗੁੰਦੀਏ ਬਾਡੀ ਸਾਈਆਂ ਨਾਲ ਸਦਾਈਏ ਕਹਿੰਦੇ ਮਾਣੋ ਕਹਿੰਦਾ ਲਾਡੀ ਤੇ ਦਿਆਲਪੁਰੇ ਦਾ ਅਸ਼ਰਫ ਲਿਖਦਾ ਯਾਰੋ ਸਿਫਤ ਪਲੇਅਰਾਂ ਦੀ ਦੁਨੀਆਂ ਫੈਨ ਹੈ ਕਹਿੰਦੇ ਇਹਨਾਂ ਬੱਬਰ ਸ਼ੇਰਾਂ ਦੀ ਦੁਨੀਆਂ ਫੈਨ ਹੈ ਕਹਿੰਦੇ ਇਹਨਾਂ ਬੱਬਰ ਸ਼ੇਰਾਂ ਦੀ ਲਓ ਅੰਕ ਤੁੰਗ ਵਾਲੀ ਦੇ ਜਾਫੀ ਦੇ ਹਿੱਸੇ ਦੇ ਵਿੱਚ ਹੈਲੋ ਹਾਂਜੀ ਸੁਖਰਾਜ ਸਿੰਘ ਜੀ ਜਿੱਥੇ ਕਿਤੇ ਬਾਤ ਸੁਣਦਾ ਉਹ ਜਲਦੀ ਜਲਦੀ ਸਟੇਜ ਤੇ ਆਵੇ ਸੁਖਰਾਜ ਸਿੰਘ ਜੀ ਜਿੱਥੇ ਕਿਤੇ ਬਾਤ ਸੁਣਦੇ ਉਹ ਜਲਦੀ ਜਲਦੀ ਸਟੇਜ ਤੇ ਪਹੁੰਚਣ ਦੀ ਬਹੁਤ ਲੋੜ ਹੈ ਲਓ ਇੱਧਰ ਕਬੱਡੀ ਜਿਹੜੀ ਤੁੰਗ ਵਾਲੀ ਪਿੰਡ ਦੇ ਵਕੀਲ ਦੀ ਪੈਂਦੀ ਏ ਕਹਿੰਦੇ ਵੀ ਅੱਜ ਦੁਨੀਆਂ ਨੇ ਮੇਰੇ ਵੀਰੋ ਮਹਾਨ ਖਿਡਾਰੀ ਪੁੱਜਣੇ ਹੈ ਦੋਤੇ ਪਿੰਡ ਦੇ ਸੰਦੀਪ ਨੇ ਕਿਹਨੇ ਵੀ ਅੱਜ ਡੱਗੋ ਰਮਾਣੇ ਦੀ ਟੀਮ ਦੇ ਵਿੱਚ ਕਬੱਡੀਆਂ ਪਾਉਣੀਆਂ ਉੱਥੇ ਮੇਰੇ ਵੀਰੋ ਵਾਂਦਰ ਡੋਡ ਪਿੰਡ ਦੇ ਸੋਨੇ ਹੋਣੀ ਕਿਹਨੇ ਵੀ ਭਲੂਰ ਵਾਲੇ ਕੀਪੇ ਵਰਗੇ ਦੁਨੀਆਂ ਦੇ ਤਰੰਤਰ ਖਿਡਾਰੀ ਪੁੱਜਣਗੇ ਬਾਈ ਜੱਸਾ ਸਿੰਘ ਸਟੇਜ ਤੇ ਆ ਜੇ ਜੱਸਾ ਲਾਗਲੀ ਕਬੱਡੀ ਭੀਮ ਨੌਜਵਾਨੇ ਗਵਿੰਦਪੁਰੇ ਪਿੰਡ ਵਾਲੇ ਦੀ ਉਧਰ ਤੁੰਗ ਵਾਲੀ ਪਿੰਡ ਦੇ ਕਿੰਨੇ ਵੀ ਚਾਰ ਜਾਫੀ ਨੇ ਛੀਰੀਆਂ ਮਾਮਾ ਨੇ ਮੇਰੇ ਵੀਰੋ ਬੱਬਰ ਸ਼ੇਰ ਪੁੱਤੇ ਕਿ ਮਾਣੋ ਕਹਿੰਦਾ ਭੀਮ ਯਾਰੋ ਤੇ ਪਿੰਦੀ ਪਿੰਡ ਰਾਲੀ ਦਾ ਕਰਦੇ ਮੁਕਾਬਲਾ ਜੋ ਅਸਲੇ ਦੀ ਗੋਲੀ ਦਾ ਤੇ ਸਾਧੂ ਸੋਬਰਾਟ ਦਿੰਦਾ ਯਾਰੋ ਕੌਡੀ ਦੀਆਂ ਮੱਤਾਂ ਤੇ ਸਾਧੂ ਸੋਬਰਾਟ ਦਿੰਦਾ ਯਾਰੋ ਕੌਡੀ ਦੀਆਂ ਮੱਤਾਂ ਲਓ ਐਂਕੇ ਧਾਵੀ ਦਾ ਗਵਿੰਦਪੁਰੇ ਦੇ ਭੀਮ ਦਾ ਨਾਲੀ ਤੁੰਗ ਵਾਲੀ ਦੀ ਟੀਮ ਦੇ ਲਈ 100 ਰੁਪਇਆ ਪੁੱਜਦਾ ਕੀਤਾ ਚੱਕ ਰਾਮ ਸਿੰਘ ਵਾਲੇ ਤੋਂ ਮੇਰਾ ਵੀਰ ਗੁਰਪ੍ਰੀਤ ਵੱਡਾ ਧੰਨਵਾਦ ਇਸ ਵੀਰ ਦਾ ਵੀ ਮੈਚ ਤੋਂ ਬਾਅਦ ਪ੍ਰਵਾਨ ਜਿਹੜੇ ਆਪਣੇ ਮਾਇਆ ਦੇ ਗੱਫੇ ਪ੍ਰਾਪਤ ਕਰ ਲਵੀ ਲਓ ਅੰਕ ਤੁੰਗ ਵਾਲੀ ਪਿੰਡ ਦੀ ਕਾਲੂ ਦੇ ਹਿੱਸੇ ਦੇ ਵਿੱਚ ਅਗਲੀ ਕਬੱਡੀ ਮੈਦਾਨ ਵਿੱਚ ਗਵਿੰਦਪੁਰੇ ਪਿੰਡ ਵਾਲੇ ਦੀ ਡਾਕਟਰ ਰਾਮਪਾਲ ਜੀ ਹੈਲੋ ਦਾ ਸਨਮਾਨ ਸਾਡੇ ਕਮੇਟੀ ਮੈਂਬਰ ਕਰ ਰਹੇ ਨਾ ਹੈਲੋ ਰਾਮਪਾਲ ਜੀ ਦਾ ਸਨਮਾਨ ਕਮੇਟੀ ਮੈਂਬਰ ਕਰ ਰਹੇ 75 ਵਾਲੇ ਵਾਲੇ ਬਾਰੇ ਬੋਲਦੇ ਹਾਂ ਅਸਰਫ ਦਿਆਲਪੁਰਾ 75 ਕਿਲੋ ਦੀ ਐਂਟਰੀ ਬਾਰੇ ਨਾਲ ਹੀ ਕਬੱਡੀ 75 ਕਿਲੋ ਭਾਰ ਦੀਆਂ ਜਿੰਨੀਆਂ ਵੀ ਟੀਮਾਂ ਆਈਆਂ ਨੇ ਸਾਰੀਆਂ ਟੀਮਾਂ ਦੇ ਪਲੇਅਰ ਪਲਵਾਨ ਆਪਣੀ ਟੀਮ ਜਿਹੜੀ ਐਂਟਰ ਕਰਵਾ ਲੈਣੇ ਕਬੱਡੀ 75 ਕਿਲੋ ਭਾਰ ਦੀਆਂ ਜਿੰਨੀਆਂ ਵੀ ਟੀਮਾਂ ਆਈਆਂ ਨੇ ਉਹਨਾਂ ਟੀਮਾਂ ਦੇ ਪਲੇਅਰ ਵੀਰ ਆਪਣੀ ਟੀਮ ਐਂਟਰ ਕਰਵਾਉਣੀ ਲਓ ਕਬੱਡੀ ਤੁੰਗ ਵਾਲੀ ਪਿੰਡ ਦੇ ਨੌਜਵਾਨ ਗੱਭਰੂ ਵਕੀਲ ਦੀ ਪੈਂਦੀ ਏ ਪਰ ਉਧਰਲੇ ਪਾਸੇ ਕਿੰਨੇ ਵੀ ਚਾਰ ਜਾਫੀਏ ਮੇਰੇ ਵੀਰੋ ਗਵਿੰਦਪੁਰੇ ਪਿੰਡ ਦੇ ਸਮੇਂ ਦੀਆਂ ਬਾਤਾਂ ਵੀ ਨੇ ਕੀ ਹੋਣਗੀਆਂ ਲਓ ਆਲਮ ਵਾਲੇ ਪਿੰਡ ਦੇ ਅਜਮੇਰ ਦਾ ਫੈਸਲਾ ਕਿ ਅੰਕ ਧਾਵੀ ਦਾ ਅੰਕ ਤੁੰਗ ਵਾਲੀ ਦੇ ਵਕੀਲ ਦੇ ਹਿੱਸੇ ਦੇ ਵਿੱਚ ਕਬੱਡੀ 75 ਕਿਲੋ ਭਾਰ ਦੀਆਂ ਜਿੰਨੀਆਂ ਵੀ ਟੀਮਾਂ ਆਈਆਂ ਨੇ ਉਹਨਾਂ ਟੀਮਾਂ ਦੇ ਪਲੇਅਰ ਪਲਵਾਨ ਆਪਣੀ ਟੀਮ ਐਂਟਰ ਕਰਵਾ ਦੇਣੇ ਕਬੱਡੀ 75 ਕਿਲੋ ਭਾਰ ਦੀਆਂ ਟੀਮਾਂ ਲਓ ਆਏ ਕੇ ਨੌਜਵਾਨ ਗਵਿੰਦਪੁਰੇ ਪਿੰਡ ਦੇ ਭੀਮ ਦਾ ਚੱਲ ਵੀ ਪਲਵਾਨਾ ਪਾ ਕਬੱਡੀ ਲਓ ਤੁੰਗ ਵਾਲੀ ਪਿੰਡ ਦਾ ਕਾਲੂ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਵਰਦੇ ਧਰਤੀ ਮਾਂ ਨੂੰ ਕਿੰਨੇ ਵੀ ਗੱਭਰੂ ਨੇ ਅਸਲਾਮ ਕੀਤੀ ਏ ਤੇ ਵਰ ਕੇ ਕਬੱਡੀ ਪਾਈਏ ਵਿਰੋਧੀਆਂ ਨੇ ਵਿਹੜੇ ਦੇ ਵਿੱਚ ਅੱਜ ਪੂਰੀ ਮੈਨੇਜਮੈਂਟ ਨੂੰ ਮੁਬਾਰਕਬਾਦ ਲੈ ਮੇਰੇ ਵੀਰੋ ਲੱਖ ਲੱਖ ਮੁਬਾਰਕਾਂ ਨੇ ਜਿਨ੍ਹਾਂ ਦੀ ਵੱਡੀ ਮਿਹਨਤ ਤੇ ਕਿੰਨੇ ਵੀ ਵੱਡੇ ਜਤਨ ਨੇ ਵੱਡੇ ਉਪਰਾਲੇ ਨੇ ਅੱਜ ਨੇ ਕਬੱਡੀ ਕੱਪ ਨੂੰ ਨੇਪਰੇ ਚਾੜਨ ਦੇ ਲਈ ਲਾ ਉਧਰ ਜਾਣ ਸਾਰੇ ਗੁੱਟ ਫੜ ਗੱਭਰੂ ਨੇ ਕੈਂਚੀ ਲਾਈਏ ਤੇ ਐਂਕੇ ਆਲਮ ਵਾਲੇ ਪਿੰਡ ਦਾ ਅਜਮੇਰ ਕੀ ਫੈਸਲਾ ਦਿੰਦਾ ਕਿ ਐਂਕ ਜਾਫੀ ਦਾ ਐਂਕ ਗਵਿੰਦਪੁਰੇ ਦੀ ਟੀਮ ਦਾ ਜੱਸਾ ਅਤੇ ਗੁਰਪਾਲ ਸਿੰਘ ਵੱਲੋਂ ਤੁੰਗ ਵਾਲੀ ਟੀਮ ਨੂੰ ਸਪੈਸ਼ਲ 50 ਰੁਪਏ ਇਨਾਮ ਭੇਜਦੇ ਆ ਜੱਸਾ ਅਤੇ ਗੁਰਪਾਲ ਸਿੰਘ ਜੀ ਲਾਗਰੀ ਕਬੱਡੀ ਫਿਰ ਗਵਿੰਦਪੁਰੇ ਦੇ ਭੀਮ ਦੀ ਪਈ ਏ ਕਿ ਵੇਖੋ ਸਰਤਾਲ ਵਿੱਚ ਮਾਰ ਵਿਸਲਾ
ਕਿੱਦਾਂ ਸਹੀ ਫੈਸਲੇ ਨੇ ਕਰਦੇ ਦੇਵ ਦਿਆਲਪੁਰੇ ਪਿੰਡ ਦਾ ਤੇ ਗਾਲਵੇ ਦੇ ਬਿੱਲੇ ਵਰਗੇ ਸਾਖੀਆਂ ਨਹੀਂ ਯਾਰ ਉਹ ਗੱਲ ਵਿੱਚ ਪੈਂਦੀਆਂ ਵਿਸਲਾਂ ਤੇ ਲੰਮਾ ਸਮਾਂ ਘਾਲਣਾ ਕਬੱਡੀ ਲਈ ਘਾਲਣੀ ਪੈਂਦੀ ਏ ਤੇ ਫਿਰ ਜਾ ਕੇ ਬਣੀ ਦੇ ਕਬੱਡੀ ਦਾ ਸਟਾਰ ਮਿੱਤਰੋ ਆਲਮਾ ਦੇ ਪਿੰਡ ਦੇ ਅਜਮੇਰ ਵਰਗੇ ਆਲਮਾਲੇ ਦੇ ਅਜਮੇਰ ਤੇ ਢਿਲਮਾ ਦੇ ਪ੍ਰਗਟ ਵਰਗੇ ਐਵੇਂ ਨਹੀਂ ਕਬੱਡੀ ਦੇ ਅੰਪਾਇਰ ਬਣ ਗਏ ਐਵੇਂ ਨਹੀਂ ਕਬੱਡੀ ਦੇ ਅੰਪਾਇਰ ਬਣ ਗਏ ਲੋ ਧੁਗਵਾਲੀ ਦੇ ਵਕੀਲ ਦੀ ਕਬੱਡੀ 75 ਕਿਲੋ ਵਰਗ ਦੀਆਂ ਜਿੰਨੀਆਂ ਵੀ ਟੀਮਾਂ ਐਂਟਰ ਹੋ ਗਈਆਂ ਆਪਣਾ ਵੇਟ ਕਰਾ ਲੈਣ 75 ਕਿਲੋ ਵਰਗ ਲੋ ਵਕੀਲ ਤੁੰਗ ਵਾਲੀ ਪਿੰਡ ਦਾ ਕਹਿੰਦੇ ਵੀ ਕਬੱਡੀ ਪਾ ਰਹੇ ਹੈ ਪਰ ਉਧਰ ਚਾਰ ਜਾਫੀ ਏ ਖੇਡ ਗਰਾਊਂਡ ਦੇ ਵਿੱਚ ਗੋਬਿੰਦਪੁਰੇ ਪਿੰਡ ਦੇ ਲੋ ਇੱਕ ਕੰਨੀ ਤੇ ਗੱਭਰੂ ਨੇ ਜਾ ਕੇ ਐਨ ਟੱਚ ਕੀਤਾ ਤੇ ਐਂ ਕੇ ਧਾਵੀ ਦੇ ਹਿੱਸੇ ਦੇ ਵਿੱਚ ਐਂ ਕੇ ਤੁੰਗ ਵਾਲੀ ਦੇ ਵਕੀਲ ਦਾ ਕੋਟ ਫੱਟਾ ਤੇ ਭੁੱਚੋ ਖੁਰ ਦੇ ਇਹ ਦੋਨੋਂ ਟੀਮਾਂ ਅਗਲੇ ਮੈਚ ਲਈ ਪਲਵਾਨ ਵੇਟ ਗਰਾਊਂਡ ਦੇ ਵਿੱਚ ਆ ਜਾਂਦੇ ਕੋਟ ਫੱਟਾ ਤੇ ਭੁੱਚੋ ਖੁਰ ਦੇ ਅਗਲਾ ਮੈਚ ਖੇਡਿਆ ਜਾਵੇਗਾ ਇਹਨਾਂ ਟੀਮਾਂ ਦਾ ਲੋ ਭੀਮ ਕਬੱਡੀ ਪਾ ਰਹੇ ਹੈ ਕਿਹਨੇ ਵੀ ਗੋਬਿੰਦਪੁਰਾ ਪਿੰਡ ਹੈ ਭੀਮ ਨਾਂ ਨੌਜਵਾਨ ਦਾ ਉਧਰ ਚਾਰ ਜਾਫੀ ਏ ਤੁੰਗ ਵਾਲੀ ਪਿੰਡ ਦੇ ਪੰਜਾਬ ਦੇ ਮੇਰੇ ਵੀਰੋ ਪ੍ਰਸਿੱਧ ਖਿਡਾਰੀਆਂ ਦਾ ਪਿੰਡੂ ਲਾਵੇ ਨੇ ਕਿਹੜਾ ਨੌਜਵਾਨ ਜੱਫਾ ਲਾਊਗਾ ਹੈਲੋ ਆ ਜਿਹੜਾ ਇਦੂ ਪਹਿਲਾ ਮੈਚ ਹੋਇਆ ਮਾਈ ਵੀਰੋ ਕਲੱਬ ਚੱਕ ਰਾਮ ਸਿੰਘ ਵਾਲਾ ਤੇ ਬਾਬਾ ਜੀਵਨ ਸਿੰਘ ਚੱਕ ਫਤਿਹ ਸਿੰਘ ਵਾਲਾ ਇਹ ਦੋਹੇ ਟੀਮਾਂ ਮਿਲ ਕੇ ਖੇਡੀਆਂ ਸੀ ਇਹ ਕੱਟ ਦਿੱਤੀਆਂ ਬਈ ਜੋ ਕਿ ਇਸ ਮੈਚ ਤੋਂ ਪਹਿਲਾ ਮੈਚ ਖੇਡਿਆ ਗਿਆ ਸਿੰਧਾ ਸਿੰਘ ਜੀ ਬਲਾਕ ਸੰਮਤੀ ਮੈਂਬਰ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਆ ਉਹ ਦੋਨੋਂ ਟੀਮਾਂ ਜਿਹੜੀਆਂ ਪਲਵਾਨ ਰਲ ਕੇ ਖੇਡੀਆਂ ਤੇ ਦੋਨੋਂ ਟੀਮਾਂ ਜਿਹੜੀਆਂ ਸਕ੍ਰੈਚ ਹੈ ਲਓ ਕਬੱਡੀ ਮੈਦਾਨ ਵਿੱਚ ਤੁੰਗ ਵਾਲੀ ਪਿੰਡ ਦੇ ਨੌਜਵਾਨ ਕਾਲੂ ਦੀ ਪਈ ਏ ਕਹਿੰਦੇ ਵੀ ਚਾਰ ਜਾਫੀ ਮੇਰੇ ਵੀਰੋ ਗੋਬਿੰਦਪੁਰੇ ਪਿੰਡ ਵਾਲੇ ਲਓ ਕਿਹੜਾ ਨੌਜਵਾਨ ਢਾਹੀ ਕਿਤੇ ਬੈਠੇਗਾ ਇੱਕੋ ਜਿਹੀਆਂ ਪੱਟੀਆਂ ਤੇ ਤਕਦੀਰਾਂ ਦੇ ਰੰਗ ਜਿਹੜੇ ਵੱਖੋ ਵੱਖ ਹੈ ਲਓ ਐਂ ਕਿ ਧਾਵੀ ਦਾ ਐਂ ਕਿ ਤੁੰਗ ਵਾਲੀ ਪਿੰਡ ਦੇ ਕਾਲੂ ਦੇ ਹਿੱਸੇ ਦੇ ਵਿੱਚ ਚੱਲ ਵੀ ਗੱਭਰੀਆ ਪਾਗਲੀ ਕਬੱਡੀ ਨਾਲ ਹੀ ਪਲਵਾਨ ਕਬੱਡੀ 75 ਕਿਲੋ ਭਾਰ ਦੀਆਂ ਜਿੰਨੀਆਂ ਵੀ ਟੀਮਾਂ ਆਈਆਂ ਨੇ ਉਹਨਾਂ ਟੀਮਾਂ ਦੇ ਪਲੇਅਰ ਵੀਰ ਆਪਾਂ ਆਪਣੀ ਟੀਮ ਜਿਹੜੀ ਐਂਟਰ ਕਰਵਾ ਦੇਣੇ ਕਬੱਡੀ 75 ਕਿਲੋ ਭਾਰ ਦੀਆਂ ਜਿੰਨੀਆਂ ਵੀ ਟੀਮਾਂ ਆਈਆਂ ਉਹਨਾਂ ਟੀਮਾਂ ਦੇ ਪਲੇਅਰ ਆਪਣੀ ਟੀਮ ਐਂਟਰ ਕਰਵਾਉਣ ਨਾਲ ਹੀ ਵੱਡਾ ਧੰਨਵਾਦ ਮੇਰਾ ਵੀਰ ਸੋਨਾ ਸਿੰਘ ਦੀ ਹਾਂ ਕਹਾਂਗੇ ਮਾਂ ਖੇਡ ਕਬੱਡੀ ਦੇ ਵੋਲਾਂ ਤੋਂ ਖੁਸ਼ ਹੋ ਕੇ ਆਪਣੇ ਨਿੱਕੇ ਵੀਰ ਦੇ ਲਈ 200 ਰੁਪਏ ਦੇ ਵੱਡੇ ਮਾਣ ਪਿਆਰ ਭੇਜੇ ਹੈ ਧੰਨਵਾਦ ਇਸ ਵੀਰ ਦਾ ਲਓ ਇੱਧਰ ਭੀਮੇ ਗੋਬਿੰਦਪੁਰੇ ਵਾਲੇ ਦੀ ਕਬੱਡੀ ਏ ਤੇ ਐਂ ਕਿ ਜਾਫੀ ਦਾ ਐਂ ਕਿ ਤੁੰਗ ਵਾਲੀ ਦੀ ਟੀਮ ਦਾ ਚੱਲ ਵੀ ਵਕੀਲ ਪਾ ਨੌਜਵਾਨਾਂ ਕਬੱਡੀ ਵੱਡੀ ਦੇਣ ਕਹਿੰਦੇ ਵੀ ਨਾ ਇਹਨਾਂ ਲਈ ਵੀਰਾਂ ਦੀ ਏ ਪੰਜਾਬ ਦੀ ਕਬੱਡੀ ਦੇ ਲਈ ਕਿ ਹੁਣ ਤਾਂ ਹਰ ਕੋਈ ਲੈਂਦਾ ਏ ਯਾਰ ਉਹ ਖੁਸ਼ਬੋ ਫੁੱਲ ਗੁਲਾਬੀਆਂ ਦੀ ਤੇ ਥਾਂ ਥਾਂ ਵੇਖੀਏ ਮਿੱਤਰੋ ਹੁਣ ਮੈਂ ਚੜ੍ਹਤ ਪੰਜਾਬੀਆਂ ਦੀ ਵਿੱਚ ਵਿਦੇਸ਼ਾਂ ਕਰਨ ਕਮਾਈਆਂ ਤੇ ਡਾਲਰ ਪਾਉਂਡ ਕਮਾਉਂਦੇ ਹੈ ਘੋਲਗੇ ਵਾਲਾ ਭਿੰਦਰਾ ਜਿਹੜੇ ਵਿੱਚ ਪੰਜਾਬ ਦੇ ਕਬੱਡੀ ਕੱਪ ਕਰਵਾਉਂਦੇ ਹੈ ਘੋਲਗੇ ਵਾਲਾ ਭਿੰਦਰਾ ਜਿਹੜੇ ਵਿੱਚ ਪੰਜਾਬ ਦੇ ਕਬੱਡੀ ਕੱਪ ਕਰਵਾਉਂਦੇ ਹੈ ਇਹਨਾਂ ਦੇ ਵੀਰਾਂ ਦੀ ਵੱਡੀ ਦੇਣ ਹੈ ਮੇਰੇ ਵੀਰੋ ਭਾਵਾਂ ਦੀ ਵਿਦੇਸ਼ਾਂ ਵਿੱਚ ਬੈਠੇ ਹੈ ਪਰ ਆਪਣੀ ਮਾਂ ਮਿੱਟੀ ਦੇ ਨਾਲ ਕਹਿੰਦੇ ਵੀ ਦਾਦਾ ਪਿਆਰ ਰੱਖਦੇ ਨੇ ਲਓ ਗੋਬਿੰਦਪੁਰੇ ਦਾ ਭੀਮੇ ਅਗਲੀ ਕਬੱਡੀ ਪਾ ਰਹੇ ਉਧਰ ਤੁੰਗ ਵਾਲੀ ਪਿੰਡ ਦੇ ਚਾਰ ਜਾਫੀ ਨੇ ਉਧਰ ਅਲਕੜਿਆਂ ਵਾਲੇ ਦੌਲੀ ਨੇ ਕਹਿੰਦੇ ਵੀ ਮਾਲਵਾ ਕਬੱਡੀ ਕਲੱਬ ਦਾ ਟਾਪ ਦਾ ਜਾਫੀ ਹੈ ਕੋਰ ਸਿੰਗਲ ਦਾ ਸਿਮਰਾ ਕਲਿਆਣ ਸੁਖੀ ਦੀ ਟੀਮ ਦੇ ਲਈ ਖੇਡਣਾ ਦੋਨੋਂ ਨੌਜਵਾਨ ਗੱਭਰੀਆਂ ਨੇ ਲਓ ਗੋਬਿੰਦਪੁਰੇ ਦੇ ਭੀਮ ਦੀ ਕਬੱਡੀ ਉਹ ਬਾਈ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਲੰਗਰ ਸਾਹਮਣੇ ਵਰਤ ਰਿਹਾ ਜੇ ਕਿਸੇ ਨੂੰ ਲੰਗਰ ਦੀ ਜ਼ਰੂਰਤ ਹੈ ਸਾਹਮਣੇ ਲੈ ਲਓ ਤੇ ਲੰਗਰ ਵਿੱਚ ਜਾਣ ਦੀ ਘੋਸ਼ਣਾ ਕਰੋ ਉਧਰ ਸਾਡਾ ਲੰਗਰ ਹਾਲ ਬਣਿਆ ਬੁੜੀਆਂ ਵਗੈਰਾ ਰੋਟੀ ਬਣਾਉਂਦੀਆਂ ਕੁਛ ਵੀਰ ਧੱਕੇ ਨਾ ਜਾਣ ਦੀ ਕੋਸ਼ਿਸ਼ ਕਰਦੇ ਕਿਰਪਾ ਕਰਕੇ ਉਧਰ ਨਾ ਜਾਣ ਜਿਸ ਨੂੰ ਲੰਗਰ ਦੀ ਲੋੜ ਆ ਉਹ ਸਾਹਮਣੇ ਬੈਠੇ ਨੇ ਉੱਥੋਂ ਲੰਗਰ ਛਕ ਸਕਦਾ ਨਾਲ ਹੀ ਇਸ ਮੈਚ ਦਾ ਜਿਹੜਾ ਹਾਫ ਟਾਈਮ ਹੋ ਚੁੱਕਿਆ ਹੈ ਭੁੱਚੋ ਖੁਰ ਦੇ ਤੇ ਕੋਟ ਫੱਤਾ ਇਹ ਦੋਨੇ ਟੀਮਾਂ ਪਲਵਾਨ ਜਲਦੀ ਗਰਾਊਂਡ ਦੇ ਵਿੱਚ ਆਉਣੇ ਭੁੱਚੋ ਖੁਰ ਦੇ ਤੇ ਕੋਟ ਫੱਤਾ
ਹੈਲੋ ਪੋਚੋ ਖੁਰਦੇ ਤੇ ਕੋੜਫੱਤਾ ਇਹ ਦੋਨੋਂ ਟੀਮਾਂ ਪਹਿਲਵਾਨ ਤਿਆਰ ਹੋਏ ਨੇ ਅਗਲੇ ਮੈਚ ਦੇ ਲਈ ਪੋਚੋ ਖੁਰਦੇ ਤੇ ਕੋੜਫੱਤੇ ਦੀਆਂ ਟੀਮਾਂ ਲਾਹੌਰ ਟਾਈਮ ਦੀ ਮੇਰੇ ਵੀਰੋ ਪਹਿਲੀ ਕਬੱਡੀ ਗੋਬਿੰਦਪੁਰੇ ਪਿੰਡ ਦੇ ਨਾਲ ਜਨ ਧਾਵੀ ਦੀ ਪਈ ਏ ਉਧਰ ਤੁੰਗ ਵਾਲੀ ਪਿੰਡ ਦੇ ਚਾਰ ਜਾਫੀ ਨੇ ਕਿ 5 ਫੁੱਟ ਕੱਦ ਹੋਵੇ ਤੇ ਸੋਹਣਾ ਹੱਦੋਂ ਵੱਧ ਹੋਵੇ ਸਿਰੇ ਦਾ ਉਹ ਜਾਫੀ ਹੋਵੇ ਤੇ ਗੱਲ ਬਣਦੀ ਏ ਤਾਂ ਸੁਖਿਆ ਕੌਡੀ ਖੇਡ ਹੈ ਪੰਜਾਬੀਆਂ ਦੀ ਮਾਂ ਸੁਖਿਆ ਕੌਡੀ ਖੇਡ ਹੈ ਪੰਜਾਬੀਆਂ ਦੀ ਮਾਂ ਸੁਖਿਆ ਅੱਜ ਕਿਨੇ ਵੀ ਪੰਜਾਬੀਆਂ ਦੀ ਮਾਂ ਖੇਡਦੇ ਤਕੜੇ ਮੈਚ ਖੇਡੇ ਜਾਣੇ ਨੇ ਲਓ ਕਾਲੂ ਨੌਜਵਾਨੀ ਤੁੰਗ ਵਾਲੀ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਧੇ ਅਗਲੇ ਮੈਚ ਦੀਆਂ ਟੀਮਾਂ ਪੋਚੋ ਖੁਰਦੇ ਤੇ ਕੋੜਫੱਤਾ ਇਹ ਦੋਨੋਂ ਟੀਮਾਂ ਪਹਿਲਵਾਨ ਗਰਾਊਂਡ ਦੇ ਵਿੱਚ ਆਉਣੇ ਪੋਚੋ ਖੁਰਦੇ ਤੇ ਕੋੜਫੱਤੇ ਦੀਆਂ ਟੀਮਾਂ ਲਓ ਕਬੱਡੀ ਤੁੰਗ ਵਾਲੀ ਪਿੰਡ ਦੇ ਕਾਲੂ ਦੀ ਉਧਰ ਗੋਬਿੰਦਪੁਰੇ ਵਾਲੇ ਨੇ ਟਰਾਈ ਕੀਤੀ ਲਓ ਲੱਖ ਨੂੰ ਕਲਾਮੇ ਪਏ ਹੈ ਕਿੰਨੇ ਵੀ ਅਜਮੇਰ ਨੇ ਆਪਣੇ ਪੈਰ ਦੇ ਵਿੱਚ ਤਕੜੀ ਕਬੱਡੀ ਖੇਡੀ ਏ ਨਛੱਤਰ ਸਿੰਘ ਢਾਂਡੀ ਹੋਣਾ ਦੇ ਨਾਲ ਲਓ ਉਧਰੇ ਗਿੱਟਾ ਜਿਹੜਾ ਕੈਚ ਹੋ ਚੁੱਕਿਆ ਹੈ ਤੇ ਪਰ ਅੰਕ ਆਲਮਾਲੀ ਦੇ ਸੀਪੇ ਨੇ ਫੈਸਲਾ ਦਿੱਤਾ ਕਿ ਧਾਵੀ ਦਾ ਅੰਕ ਤੁੰਗ ਵਾਲੀ ਪਿੰਡ ਦੇ ਕਾਲੂ ਦੇ ਹਿੱਸੇ ਦੇ ਵਿੱਚ ਪੋਚੋ ਖੁਰਦੇ ਤੇ ਕੋੜਫੱਤਾ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਪਹਿਲਵਾਨ ਤਿਆਰ ਰਹੇ ਨੇ ਪੋਚੋ ਖੁਰਦੇ ਤੇ ਕੋੜਫੱਤਾ ਅਗਲਾ ਮੈਚ ਖੇਡਿਆ ਜਾਵੇਗਾ ਲਓ ਉਧਰ ਗੇਗੀ ਤੁੰਗ ਵਾਲੀ ਦੀ ਧਰਤੀ ਦਾ ਕਿੰਨੇ ਵੀ ਗੁੜ ਦੀ ਪਕੜ ਕੀਤੀ ਏ ਵਾਰੇਵਾਲ ਪਿੰਡ ਦਾ ਸਵਰਨਾ ਮੇਰੇ ਵੀਰੋ ਰਾਜੇ ਨੇ ਪਿੰਡ ਦਾ ਗੁਰਦਿਆਲ ਸਿੰਘ ਬਿੱਲੂ ਕਿੰਨੇ ਵੀ ਗੁੜ ਦੇ ਪੀਰ ਮੰਨੇ ਗਏ ਨੇ ਚਾਹ ਕਿਰਪਾਲ ਸਾਹਿਬ ਦੀਆਂ ਗੱਲਾਂ ਹੋਣੇ ਲਓ ਐਂਕੇ ਨੌਜਵਾਨ ਜਾਫੀ ਦੇ ਲਈ ਤੁੰਗ ਵਾਲੀ ਪਿੰਡ ਦੇ ਵਕੀਲ ਦੀ ਕਬੱਡੀ ਪੈਂਦੀ ਏ ਮੇਰੇ ਵੀਰੋ ਖੇਡ ਮੈਦਾਨ ਵਿੱਚ ਲਓ ਵਰ ਕੇ ਕਬੱਡੀ ਪਾਈਏ ਪੋਚੋ ਖੁਰਦੇ ਤੇ ਕੋੜਫੱਤਾ ਇਹ ਦੋਨੋਂ ਟੀਮਾਂ ਤਿਆਰ ਰਹੇ ਨੇ ਅਗਲੇ ਮੈਚ ਦੇ ਲਈ ਪੋਚੋ ਖੁਰਦੇ ਤੇ ਕੋੜਫੱਤਾ ਨਾਲ ਹੀ ਸੀਮਾ ਕਲਾ ਤੇ ਪੋਚੋ ਕਲਾ ਸੀਮਾ ਕਲਾ ਤੇ ਪੋਚੋ ਕਲਾ ਦੀਆਂ ਟੀਮਾਂ ਲਓ ਐਂ ਕਿ ਤੁੰਗ ਵਾਲੀ ਦੇ ਵਕੀਲ ਦੇ ਹਿੱਸੇ ਦੇ ਵਿੱਚ ਚੱਲ ਵੀ ਪਹਿਲਵਾਨ ਪਾਗਲੀ ਕਬੱਡੀ ਗੋਬਿੰਦਪੁਰੇ ਪਿੰਡ ਦੇ ਭੀਮ ਦੀ ਕਬੱਡੀ ਲਓ ਖੇਡ ਗਰਾਊਂਡ ਵਿੱਚ ਇੱਕ ਮਾਨੋ ਕੇ ਗਿੱਲ ਵਾਲਾ ਕਿੰਨੇ ਵੀ ਦੁਨੀਆਂ ਦਾ ਮਹਾਨ ਹੈ ਮੇਰੇ ਵੀਰੋ ਬੱਬੀ ਸਿੰਘ ਜੀ ਬਰਾੜ ਡੱਬ ਵਾਲੀ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਹੈ ਲੋ ਇਧਰ ਕਬੱਡੀ ਨੌਜਵਾਨ ਗੋਬਿੰਦਪੁਰੇ ਵਾਲੇ ਭੀਮ ਦੀ ਤੇ ਉਧਰ ਗੱਗੀ ਮੇਰੇ ਵੀਰ ਤੁੰਗ ਵਾਲੀ ਪਿੰਡ ਦਾ ਕਿ ਗੁੜ ਦੀ ਪਕੜ ਯਾਰੋ ਕਿਰਪਾਲ ਸਾਹਿਬ ਦੀ ਮਨੀ ਸੀ ਤੇ ਗਾਜੀਆਣ ਦੇ ਕਾਲੇ ਦੀ ਵੀ ਕੋਈ ਚੜਦਾ ਨਾ ਕਨੀ ਸੀ ਤੇ ਗਾਜੀਆਣ ਦੇ ਕਾਲੇ ਦੀ ਵੀ ਕੋਈ ਚੜਦਾ ਨਾ ਕਨੀ ਸੀ ਲਓ ਐਂ ਕਿ ਜਾਫੀ ਦੇ ਹਿੱਸੇ ਦੇ ਵਿੱਚ ਐਂ ਕਿ ਤੁੰਗ ਵਾਲੀ ਦੀ ਟੀਮ ਦਾ ਚੱਲ ਵੀ ਕਾਲੂ ਪਾ ਪਲਵਾਨਾ ਕਬੱਡੀ ਲਓ ਕਾਲੂ ਦੀ ਕਬੱਡੀ ਤੁੰਗ ਵਾਲੀ ਪਿੰਡ ਵਾਲੀ ਦੀ ਨਾਲ ਹੀ ਪੁੱਛੋ ਖੁਰਦੇ ਤੇ ਕੋੜਫੱਤਾ ਸੀਮਾ ਕਲਾ ਤੇ ਪੁੱਛੋ ਕਲਾ ਇਹ ਦੋਨੋਂ ਟੀਮਾਂ ਪਹਿਲਵਾਨ ਤਿਆਰ ਰਹੇ ਨੇ ਅਗਲਾ ਮੈਚ ਖੇਡਿਆ ਜਾਵੇਗਾ ਇਹਨਾਂ ਟੀਮਾਂ ਦਾ ਪੁੱਛੋ ਕਲਾ ਤੇ ਸੀਮਾ ਕਲਾ ਪੁੱਛੋ ਖੁਰਦੇ ਤੇ ਕੋੜਫੱਤੇ ਦੀਆਂ ਟੀਮਾਂ ਲਓ ਉਧਰ ਗਿੱਟੇ ਕੈਚ ਹੁੰਦੇ ਹੈ ਪਰ ਐਂ ਕਿ ਨੌਜਵਾਨ ਧਾਵੀ ਦਾ ਐਂ ਕਿ ਤੁੰਗ ਵਾਲੀ ਪਿੰਡ ਦੇ ਕਾਲੂ ਦੇ ਹਿੱਸੇ ਦੇ ਵਿੱਚ ਲਓ ਅਗਲੀ ਕਬੱਡੀ ਫਿਰ ਮੈਦਾਨ ਵਿੱਚ ਬੱਬੀ ਬਰਾੜ ਡੱਬ ਵਾਲੀ ਵੱਲੋਂ 10 ਰੁਪਏ ਸਪੈਸ਼ਲ ਨਾਮ ਰੇਟ ਤੇ ਲੱਗ ਚੁੱਕੇ ਹੈ ਤੇ ਉਧਰ ਤੁੰਗ ਵਾਲੀ ਪਿੰਡ ਦਾ ਮੇਰੇ ਵੀਰੋ ਲੋਕ ਕੋਸ਼ਿਸ਼ ਕਰ ਰਹੀ ਹੈ ਕਿ ਲੋੜਵੰਦਾਂ ਨੂੰ ਖੁੱਲ ਕੇ ਦਾਨ ਦੇਵੇ ਤੇ ਕਿਸੇ ਕੋਲ ਨਾ ਕਦੀ ਚਤਾਰਦਾ ਏ ਕਿ ਲੋੜਵੰਦਾਂ ਨੂੰ ਖੁੱਲ ਕੇ ਦਾਨ ਦੇਵੇ ਤੇ ਕਿਸੇ ਕੋਲ ਨਾ ਕਦੀ ਚਤਾਰਦਾ ਏ ਰਹਿੰਦਾ ਸੱਤ ਸਮੁੰਦਰੋਂ ਪਾਰ ਜੋ ਤੇ ਆਏ ਸਾਲ ਵਤਨੀ ਗੇੜਾ ਮਾਰਦਾ ਏ ਮੇਜਰ ਸਿੰਘ ਜੋ ਮਾਨ ਭਲੂਰ ਪਿੰਡ ਦਾ ਤੇ ਮਿਗੇੜੇ ਕੁੱਲ ਨੂੰ ਬੜਾ ਸਤਿਕਾਰਦਾ ਏ ਮੇਜਰ ਸਿੰਘ ਜੋ ਮਾਨ ਭਲੂਰ ਪਿੰਡ ਦਾ ਤੇ ਮਿਗੇੜੇ ਕੁੱਲ ਨੂੰ ਬੜਾ ਸਤਿਕਾਰਦਾ ਏ ਲਓ ਕਬੱਡੀ ਤੁੰਗ ਵਾਲੀ ਪਿੰਡ ਦੇ ਕਿੰਨੇ ਵਕੀਲ ਦੀ ਪਈ ਏ ਤੇ ਐਂ ਕਿ ਧਾਵੀ ਦਾ ਮੇਰੇ ਵੀਰੋ ਐਂ ਕਿ ਤੁੰਗ ਵਾਲੀ ਪਿੰਡ ਦੇ ਵਕੀਲ ਦੇ ਹਿੱਸੇ ਦੇ ਵਿੱਚ ਨਾਲ ਹੀ ਪੂਰੀ ਮੈਨੇਜਮੈਂਟ ਦਾ ਗੁਰਚਰਨ ਸਿੰਘ ਜੀ ਪ੍ਰਧਾਨ ਏ ਜਤਿੰਦਰ ਸਿੰਘ ਜੀ ਭਾਈਕਾ ਨਾਲ ਜਗਜੀਤ ਸਿੰਘ ਜੀ ਭਾਈਕਾ ਇਕਬਾਲ ਸਿੰਘ ਜੀ ਭਾਈਕਾ ਸੇਵਕ ਭਾਈਕਾ ਵਿਅੰਤ ਭਾਈਕਾ ਬਲਤੇਜ ਸਿੰਘ ਜੀ ਕਾਲਾ ਵਿੱਕੀ ਸ਼ਰਮਾ ਮੱਖਣ ਸਿੰਘ ਜੀ ਪੰਚੇ ਚਰਨਜੀਤ ਸਿੰਘ ਜੀ ਸਾਬਕਾ ਪੰਚੇ ਸਰਦਾਰ ਜਗਸੀਰ ਸਿੰਘ ਜੀ
जिला परिषद मैंबर है मास्टर जगशीर सिंह जी गुरविंदर सिद्धू भाईका वड्डा धन्नवाद है नाल ही मेरा वीर सुखराज है किन्ने भी पूरी मेहनत है मेरे वीरो तापरे खिडारी चक फतेह सिंह वाला विच खिडाउण दे लई इन्हां वीरां ने दिन रात एक कीता है लो कबड्डी इधर तुंग वाली पिंड दे कालू दी पई है इक कहिंदे जरनैल सिंह दा पोते रसूलपुर पिंड दा मेरे वीरो इक आ नौजवान है लो अंक पर कालू दा अंक तुंग वाली दे कालू दे हिस्से दे विच जुड़ चुके है अगले मैच दियां दोनों टीमां पोचो खुरदे ते कोड़फट्टा इह वी ग्राउंड दे विच पुज्जे ने नाल वड्डा धन्नवाद मेरे वीर सोना हांकांगे जिहड़े वीर ने अपनी मां मिट्टी दे नाल किने वी डाढ़ा प्यार रखे है वतन दी मिट्टी ते फेरा पाया मेरे वीर ते नगर दे विच वड्डा कबड्डी कप लेके है सोना हांकांगे लो कबड्डी तुंग वाली पिंड वाले दी वर के पे दिए तिना जाफियां दी लगी हुई चैन ते अंक धाबी दा हेलो भाई कल्याण पिंड दी टीम दा एक मेंबर साडे कोले मिले कल्याण टीम दी 75 किलो वाले लो कबड्डी खेल मैदान विच तुंग वाली पिंड वाले दी चल भी पहलवान पागली कबड्डी लो तुंग वाली दे कालू दी कबड्डी खेड ग्राउंड दे विच पैंदी है अज किने भी दुनिया ने महान खिलाड़ी मेरे वीरो मक्खण सिंह ढालीवाल बेड़ दी टीम लई खेडण वाले कोई साधु सोम बराड़ दी टीम लई खेडदा होवेगा कोई वारेवाल दे टोने दी टीम लई कोई औगड़ा वाले कमेकर दी टीम लई किने भी ओ खिलाड़ी पुजणे है हेलो हां जी जगजीत सिंह जी भाईका दोने टीमां नूं 100-100 रुपया नाम दिंदे है असी कमेटी वालों ना धन्यवाद करते हैं जगजीत सिंह जी भाईके का लो कबड्डी जी गोविंदपुरे वाले दी जगजीत सिंह जी भाईका दोनों टीमों के लिए एक 100-100 रुपए का बड़ा मान प्यार पुजदा किया गया है धन्यवाद जी लोगली कबड्डी फिर ग्राउंड में तुंग वाली पिंड वाले दी सोना सिंह जी हांगकांग इन्हों वालों भी 100-100 रुपया नाम दोनों टीमों दिता जाता है सोना सिंह जी हांगकांग साहब वालों लो कबड्डी तुंग वाली पिंड वाले दी उधर सोना हांकांगे इन्हां प्लेयर ने मेरे वीरो वड्डी हौसला अफजाई कर रहे है ला उधर गोविंदपुरे वाला किन भी एन पूरी रखण दी तैयारी दे विच है पर अंक धाबी दा पोचो खुरद ते कोड़फट्टा ये दोनों टीमां ग्राउंड दे विच पुज्जे ने चलदा होया मैच जिहड़ा समाप्त है तुंग वाली दी टीम दे प्लेयर पलवान अपने पैसे ले जाओ आ दोनों टीमां नूं बेनती है जो मैच खेड के हट गए ਇਹ ਬਣਦਾ ਨਾਮ ਸਟੇਜ ਤੋਂ ਆਪਦਾ ਲੈ ਜਾਣ ਦੋਨੇ ਟੀਮਾਂ ਇਸ ਮੈਚ ਦੇ ਵਿੱਚੋਂ ਜੀ ਤੁੰਗ ਵਾਲੀ ਏਰੀ ਟੀਮ ਜਿਹੜੀ ਜੇਤੂ ਹੈ ਵਿੱਕੀ ਸ਼ਰਮਾ ਜੀ ਨੋਟ ਕਰ ਲਿਓ ਤੁੰਗ ਵਾਲੀ ਇਹ ਕੋੜਫੱਟਾ ਕੋੜਫੱਟੇ ਦੀ ਟੀਮ ग्राउंड दे विच पुजे पलवान कोड़फट्टा पोचो कला ते सीमा कला ਇਹ ਵੀ ਦੋਨੋ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣੇ ਪੋਚੋ ਕਲਾ ਤੇ ਸੀਮਾ ਕਲਾ हेलो भाई डॉक्टर एंट्री टेबल को आवे डॉक्टर साहब
हैलो खेड ग्राउंड दे विच पोचो खुरद पिंड दी टीम है जिहड़ी ये टीम खेडेगी जी गेट वाले पासे ते खेतां वाले पासे जिहड़ी टीम है ये टीम है कोट फते पिंड दी पोचो खुरद दी टीम जिहड़ी गेट वाले पासे है खेतां वाले पासे टीम कोट फते दी है पिछले मैच केड़ी टीम जेतू है वीरे तुंग वाली एरी टीम जेतू आपरा कबड्डी जिहड़ी पहलवान टर्न है लो पहली कबड्डी पुछो खुरद पिंड वाले गभरू दी पई है किने भी काले दी कबड्डी इक टहने वाला इक लंडे के पिंड दा मेरे वीरो किने भी दुनिया दे महान खिलाड़ी है लो आ कबड्डी पुछो खुरद वाले दी ते आई के ताबी दे हिस्से दे विच चल भी पहलवान पागली कबड्डी कोट फते दे निक्की दी कबड्डी हां जी कुलदीप सिंह जी बब्बी वल्लों 10 रुपए रेट ते लग चुके ना बलजिंदर सिंह जी बीपीओ साहब वालों भी 10 रुपए रेट लग चुके हैं लो कबड्डी निक्के दी पहलीए के बनाना होवे स्टार भी के बनाना होवे स्टार भी ते शेर वांगू पैंदा जारो पुत पालना सौखी नहीं जो रिया कबड्डी खेडनी ते जवाइयां वांगू पैंदा है शरीर सांभना सौखी नहीं जो रिया कबड्डी खेडनी ते जवाइयां वांगू पैंदा है शरीर सांभना लाओ सौखी गल नहीं मेरे वीरो कबड्डी खेडनी कबड्डी हरमन पुछो वाले दी हेलो डॉक्टर रणप्रीत जिथे भी आवाज सुनदा एंट्री काउंटर ते पहुंचे भी पुचो कला ते सीमा कला दोनों टीम पहलवान ग्राउंड दे विच आउणे पुचो कला ते सीमा कला दी टीम हेलो कुलदीप सिंह जी बब्बी वालों 10 रुपए रेट ते लग चुके है बलजिंदर सिंह जी बीपीओ साहब वालों भी 10 रुपए रेट ते लग चुके है लो कबड्डी खेड मैदान विच नौजवान कोट फते पिंड वाले दी उधर चरणजीत सिंह जी पंचायत मैंबर है मां खेड कबड्डी दे बोलना तो खुश होके वड्डे मान प्यार पुजदे करदे ने धन्नवाद जी लो कबड्डी नौजवान गभरू कोट फते वाले दी उधर किन्ने भी पुछो खुरद वाला ते अंक जाफी दा चल भी पहलवान पा कबड्डी काले दी कबड्डी पैंदी है ग्राउंड विच पुछो खुरद पिंड वाले दी कि चीन दी कंध बन खड़ जांदा जारो लंडे कहना काला भी ते जुशा है जट दा कमाया होया बाला भी जलो वरदा ग्राउंड विच ते शेर वांगू वकदा हर कोई धावी यारो मूरे जी ने झुकदा ते सीसो चकांदा जाके साइयां दे दरबार ते रब जना माणे काले नू अपने कालू यार ते ते रब जना माणे काले नू अपने कालू यार ते किन्ने भी लंडे कहने काले दी ते रसूलपुर ते कालू दी जोड़ी प्रसिद्ध रही है इधर कबड्डी जड़ी नाजन कोट फते पिंड दे निकेरी पैंदी है आदरले पासे इको जिया पट्टिए पर अंक नाजन ताबीरा अंक कोट फते दे निकेरे हिस्से दे विच चल भी पहलवान पुछो वालिया पागली कबड्डी नाल ही कल दी तरीक जड़ी 5 मार्च मोगे जिले दे रौते दे कप दी है जिथे किने भी कोर सिंगल दे सिमरे नू फतेहगढ़ दे काके बन गयो 1,25,000 दा मेरे वीरो वोल्ट मोटरसाइकिल दिता जाएगा उथे 6 तरीके खमीरगढ़ दी है जिथे ढल्लेगा ने मनदीप नू स्पलेंडर दिता जाएगा लो कबड्डी नाजन पुछो वाले दी हेलो सुखराज पंचायत मैंबर एंट्री काउंटर ते संपर्क करे वे लौगली कबड्डी फिर मैदान विच कोट फते वाले गभरू दी पैंदी है पुछो कला ते सीमा कला जगसीर सिंह जी जिला परिषद मैंबर वालों 10 रुपए रेट ते लग चुके है लो कबड्डी ग्राउंड विच कोट फते पिंड वाले दी उधर पुछो वाला गभरू किन्ने भी गुट फड़े मेरे वीरो ते नाल दी नाल गभरू ने कैंची लाइए ते अंक जाफी दे हिस्से दे विच लो अगली कबड्डी मैदान विच निकेरी पैंदी है लो निका ना किन्ने भी नौजवान गभरू दा ते पुछो खुरद पिंड चौ जाफियां ते चढ़ के कबड्डी पाइए के मक्खन चिड़क चैना साधु पत्तो वाले दे चंडे चेले देवी दयाल आल मालिए सीपे ते तेजी रामू वाले ने लेंदे ने पॉइंट पिंदरावे जेडे लख लख दे एवें नहीं मित्रां दा जग उते ना ते खेडना कबड्डी असी शौक रख दे एवें नहीं मित्रां दा जग उते ना खेडना कबड्डी असी शौक रख दे लाओ निक्के कोट फते वाले दी कबड्डी कुलदीप सिंह जी बब्बी वल्लों स्पैशल 10 रुपए रेट ते लग चुके है
ਪੁੱਛੋ ਕਲਾ ਤੇ ਸੀਮਾ ਕਲਾ ਇਹ ਦੋਨੇ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪੁੱਜੇ ਨੇ ਲਾ ਆਂ ਕੇ ਜਾਫੀ ਦਾ ਪੁੱਛੋ ਖੁਰਦ ਦੀ ਟੀਮ ਦਾ ਉਧਰ ਸ਼ਹੀਦ ਬਾਬਾ ਫਤਿਹ ਸਿੰਘ ਕਲੱਬ ਦੀ ਪੂਰੀ ਮੈਨੇਜਮੈਂਟ ਦਾ ਗੁਰਚਰਨ ਸਿੰਘ ਦੀ ਪ੍ਰਧਾਨ ਜਗਜੀਤ ਸਿੰਘ ਦੀ ਸਿੱਧੂ ਭਾਈਕਾ ਜਤਿੰਦਰ ਸਿੰਘ ਦੀ ਸਿੱਧੂ ਭਾਈਕਾ ਅਕਵਾਲ ਸਿੰਘ ਦੀ ਭਾਈਕਾ ਪੰਚਾਇਤ ਮੈਂਬਰ ਏ ਨਾਲ ਮੇਰਾ ਵੀਰ ਬਿੰਦਰ ਏ ਚਰਨਜੀਤ ਸਿੰਘ ਦੀ ਪੰਚਾਇਤ ਮੈਂਬਰ ਏ ਮਾਸਟਰ ਜਗਸੀਰ ਸਿੰਘ ਜੀ ਜਗਸੀਰ ਸਿੰਘ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਏ ਬਲਤੇਜ ਸਿੰਘ ਜੀ ਕਾਲਾ ਨਾਲ ਹੀ ਸੁਰਿੰਦਰ ਵਿੱਟੂ ਜੀ ਸਿੱਧੂ ਗੈਸ ਏਜੰਸੀ ਵਾਲੇ ਔਰ ਮੇਰਾ ਵੀਰ ਸੇਵਕ ਭਾਈਕਾ ਨਾਲ ਹੀ ਵਿੱਕੀ ਸ਼ਰਮਾ ਜੀ ਸੋਨਾ ਖੇਤਾਂ ਵਾਲਾ ਸੋਨਾ ਹਾਂਗਕਾਂਗੇ ਗੁਰਵਿੰਦਰ ਭਾਈਕਾ ਵੱਡਾ ਧੰਨਵਾਦ ਪੂਰੀ ਮੈਨੇਜਮੈਂਟ ਦਾ ਲੋ ਕਬੱਡੀ ਕੋਟ ਫਤਿਹ ਵਾਲੇ ਦੀ ਸੋਨਾ ਸਿੰਘ ਜੀ ਹਾਂਗਕਾਂਗ ਵੱਲੋਂ 100-100 ਰੁਪਇਆ ਦੋਨੇ ਟੀਮਾਂ ਨੂੰ ਨਾਮ ਭੇਜ ਦੇਣ ਸੋਨਾ ਸਿੰਘ ਜੀ ਹਾਂਗਕਾਂਗ ਸਾਡੇ ਬਹੁਤ ਹੀ ਸਤਿਕਾਰਯੋਗ ਤੇਜ ਸਿੰਘ ਜੀ USA ਜਿਨ੍ਹਾਂ ਨੇ ਸਾਨੂੰ ਮਾਈਕ ਸਹਾਇਤਾ ਭੇਜੀ ਹੈ 1500 ਰੁਪਇਆ ਉਹ ਸਟੇਜ 'ਤੇ ਪਹੁੰਚੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇਜ ਸਿੰਘ ਜੀ USA ਦਾ ਪੁੱਛੋ ਕਲਾ ਤੇ ਸੀਮਾ ਕਲਾ ਇਹ ਦੋਨੋਂ ਟੀਮਾਂ ਜਿਹੜੀਆਂ ਪਲਵਾਨ ਵੇਟਿੰਗ ਰੂਮ ਦੇ ਵਿੱਚ ਆਉਣਗੀਆਂ ਮੈਚ ਖੇਡਣ ਦੇ ਲਈ ਪੁੱਛੋ ਕਲਾ ਤੇ ਸੀਮਾ ਕਲਾ ਦੀਆਂ ਟੀਮਾਂ ਚੱਲ ਵੀ ਪਲਵਾਨ ਪਾਗ ਲਈ ਕਬੱਡੀ ਲਓ ਖੇਡ ਗਰਾਊਂਡ ਵਿੱਚ ਕਬੱਡੀ ਕੋਟ ਫਤਿਹ ਪਿੰਡ ਦੇ ਨੌਜਵਾਨ ਨਿੱਕੀ ਦੀ ਪੈਂਦੀ ਏ ਲਓ ਵਰ ਕੇ ਕਬੱਡੀ ਪਾਈਏ ਖੇਡ ਮੈਦਾਨ ਦੇ ਵਿੱਚ ਧਰਤੀ ਮਾਂ ਨੂੰ ਮੇਰੇ ਵੀਰੋ ਕੀਤੀ ਹੋਈ ਸਲਾਮ ਏ ਤੇ ਪਾਈ ਹੋਈ ਕਬੱਡੀ ਉਧਰ ਲੱਕੀ ਵਰਗੇ ਗੁਰਪ੍ਰੀਤ ਵਰਗੇ ਮੇਰੇ ਵੀਰ ਲੱਖੇ ਹੋਣੀ ਨਾਲ ਲਾਲੇ ਵਰਗੇ 365 ਵਾਲੇ ਵੀਰਾਂ ਦਾ ਵੱਡਾ ਧੰਨਵਾਦ ਹੈ ਜਿਹੜੇ ਅੱਜ ਦੇ ਖੇਡ ਕਬੱਡੀ ਕੱਪ ਦੀ ਕਵਰਿੰਗ ਕਰ ਰਹੇ ਆ ਮੇਰੇ ਵੀਰੋ ਕੱਲੀ ਕੱਲੀ ਕਬੱਡੀ ਕਿੰਨੇ ਵੀ ਲਾਭ ਖਾ ਰਹੇ ਨੇ ਇਸ ਮੈਚ ਦਾ ਹਾਫ ਟਾਈਮ ਹੈ ਪੁੱਛੋ ਕਲਾ ਤੇ ਸੀਮਾ ਕਲਾ ਇਹ ਦੋਨੋਂ ਟੀਮਾਂ ਜਿਹੜੀਆਂ ਵੇਟਿੰਗ ਰੂਮ ਦੇ ਵਿੱਚ ਆ ਜਾਂਦੇ ਪੁੱਛੋ ਕਲਾ ਤੇ ਸੀਮਾ ਕਲਾ ਹੈਲੋ ਹਾਫ ਟਾਈਮ ਦੀ ਪਹਿਲੀ ਕਬੱਡੀ ਲਾ ਕੋਟ ਫਤਿਹ ਪਿੰਡ ਦੇ ਨਿੱਕੀ ਦੀ ਪਈ ਏ ਉਧਰ ਚਾਰ ਜਾਫੀ ਨੇ ਕਹਿੰਦੇ ਵੀ ਖੇਡ ਗਰਾਊਂਡ ਵਿੱਚ ਪੁੱਛੋ ਖੁਰਦ ਪਿੰਡ ਦੇ ਤੇ ਗੱਭਰੂ ਗਿੱਟਾ ਚੁੱਕਿਆ ਹਿੱਕ ਤੇ ਢਾਕੇ ਵਹਿੰਦਾ ਮੇਰੇ ਵੀਰੋ ਲਾ ਆਇੰਕੇ ਕਿਹੜੇ ਨੌਜਵਾਨ ਗੱਭਰੂ ਦੇ ਹਿੱਸੇ ਦੇ ਵਿੱਚ ਜੁੜਨਾ ਆਇੰਕ ਕਾਬ ਨੇ ਨਾ ਰੇਡਰ ਦਾ ਤੇ ਨਾ ਜਾਫੀ ਦਾ ਚੱਲ ਵੀ ਪਲਵਾਨਾ ਪਾਗ ਲਈ ਕਬੱਡੀ ਪੁੱਛੋ ਖੁਰਦ ਵਾਲੇ ਦੀ ਕਬੱਡੀ ਏ ਬੱਬੀ ਬਰਾੜ ਡੱਬ ਵਾਲੇ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਹੈ ਬੱਬੀ ਬਰਾੜ ਡੱਬ ਵਾਲੇ ਵੱਲੋਂ 10 ਰੁਪਏ ਰੇਟ ਤੇ ਲੱਗ ਚੁੱਕੇ ਹੈ ਲਾਓ ਗਲੀ ਕਬੱਡੀ ਮੈਦਾਨ ਵਿੱਚ ਕੋਟ ਫਤਿਹ ਵਾਲੇ ਗੱਭਰੂ ਦੀ ਤੇ ਆਇੰਕੇ ਧਾਬੀ ਦੇ ਹਿੱਸੇ ਦੇ ਵਿੱਚ ਚੱਲ ਵੀ ਪਲਵਾਨ ਪਾ ਕਬੱਡੀ ਭੁੱਚੋ ਵਾਲੇ ਨਿੱਕੇ ਦੀ ਕਬੱਡੀ ਪੈਂਦੀ ਹੈ ਇੱਧਰ ਸਿੱਧੂ ਡਿਜੀਟਲ ਸਟੂਡੀਓ ਵਾਲੀਏ ਆਪਣੇ ਨਿੱਕੇ ਵੀਰ ਦੇ ਲਈ ਵੱਡੇ ਮਾਣ ਪਿਆਰ ਪੁੱਛਦੇ ਕੀਤੇ ਨੇ ਵੱਡਾ ਧੰਨਵਾਦ ਇਹਨਾਂ ਵੀਰਾਂ ਦਾ ਵੀ ਸਿੱਧੂ ਡਿਜੀਟਲ ਸਟੂਡੀਓ ਵਾਲੇ ਜਿਹੜੇ ਪਰਸੋਂ ਤੋਂ ਲੈ ਕੇ ਕਿੰਨੇ ਵੀ ਕਵਰਿੰਗ ਕਰਦੇ ਉਸ ਖੇਡ ਮੇਲੇ ਦੀ ਲਓ ਇੱਧਰ ਕਬੱਡੀ ਭੁੱਚੋ ਖੁਰਦ ਪਿੰਡ ਦੇ ਨਿੱਕੇ ਦੀ ਉਧਰ ਕੋਟ ਫਤਿਹ ਵਾਲਾ
बब्बी बराड़ डब वाली वालों 10 रुपये फेर रेट से लग चुके हैं। बब्बी बराड़ डब वाली वालों 10 रुपये रेट से फिर लग चुके। लौगली कबड्डी मैदान में कोट फतेह पिंड भी निके दी पई है कि हुंदियां ने गल्लां सदा माणो के गिल्लां ने जीवन दियां ते चढ़ गए ना यारो बच्चे बच्चे दी जवान ते दोदे वाला घोड़ा ते सुरदीप जगे पुत लोको तामे तामे जमदियां मामा ने जहान ते कोट सुखीरा बिटू ते कप्तान कल्याण दा कसे रेंदे जिमे तीर चढ़िया कमान ते ते दयाल परे वाले जड़े नशियां तो दूर रहेंदे चढ़ दिए गुड़िये किधरे उन्हां दी समान ते लाओ हरमणे किने भी स्वर्गिया बलबीर सिंह दा पोते अंकले के वास भरते है। सोना सिंह जी हांगकांग वल्लों इस रेट ते 50 रुपये लग चुके है। सोना सिंह जी हांगकांग वल्लों रेट ते 50 रुपये लग चुके। उधर मेरा वीर सोना हांकांगे किने भी नोटा की वर्खा कर रहे है ते कबड्डी जिहड़ी मैदान विच कोट फतेह पिंड वाले गभरू दी लोपोचो वाले ने वर के ट्राई की लक नु कलामे पैंदे मेरे वीरो लाल पट्टी किने भी उधर लीली वाला नौजवान ते आलमलिया अजमेर वेने फैसले की दंदा लो आंके जाफी रे हिस्से दे विच आंके पोचो खुरदरी टीम दा चल भी निकया पा नौजवाना कबड्डी के बनाउणा जे स्टार होवे भी के बनाउणा जे स्टार होवे भी ते शेर वांगू पैंदा यारो पुत पालना सौखी नहीं जोरिया कबड्डी खेलनी ते जवाइयां वांगू पैंदा है शरीर सांभना सौखी नहीं जोरिया कबड्डी खेलनी ते जवाइयां वांगू पैंदा है शरीर सांभना किन्ने भी कबड्डी दा स्टार बनना कोई माड़ी मोटी गल नहीं। मेरे वीर कोच धारने पैंदे है गुड़ियां दी मार खानी पैंदी है उस्तादां तों बरीकियां सिखणियां पैंदियां जे ठार दीआं धुप्पां नूं किन्ने पिंडियां ते ग्रहण करना पैंदा पो मग दीआं तुंदां नूं फिर जाके कबड्डी दे स्टार बनया जांदा है। लो कोट फतेह दी निक्की दी कबड्डी पैंदी है। हेलो आ किसे मेरे वीर खिडारी नूं बुखार सीगा ते उसे दवाई वगैरह लैणी है ते डाक्टर साहब साडे कोल स्टेज ते पहुंच गए ते दवाई लै लैण। बाकी सारे वीरां नूं बेनती है भी जिन्हां ने सानूं माइक सहायता भेजी है वह कृपा करके स्टेज ते आउण स्टेज ते बैठण दी खिचला करन। लागली कबड्डी फेरे ना जो नहीं पुचो खुर्द पिंड वाले दी नाली पुचो कला ते सीमा कला ए दोने टीमा प्रमाण अपनी तैयारी फड़ लेने पुचो कला ते सीमा कला दी टीमा दा जिहड़ा अगला मैच खेडा जाएगा लो अंके नौजवान धावी दे हिस्से दे विच अंके पुचो खुर्द दी टीम दा चल भी कोट फतेह वालिया पा प्रबंधा कबड्डी लो गभरू ने कबड्डी पाई है। डॉक्टर देव सिंह जी जो साडे दरम्यान पुजे ने डाक्टरी सेवावां देण लई असीं उहनां दा इत्थे पुजे ते बहुत बहुत धन्नवाद करदे आं जो हेलो साडे डाक्टरी दीआं सेवावां देणगे। हाँ जी भाई सोना सिंह जी हांगकांग वल्लों 20 रुपये रेट ते लग चुके है। सोना सिंह जी हांगकांग वल्लों लो उधर कहने भी चोटी दा जफा मेरे वीरो खुच भरीए नौजवान गभरू ने लो आंके जाफी दा। हेलो हाँ जी सरबजीत सिंह जी साबका कमेटी मैंबर वालों बेन